ਧੰਨ ਵਾਹਿਗੁਰੂ ਸਾਹਿਬ ਜੀ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਸੈਭੰ ਗੁਰ ਪ੍ਰਸਾਦ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਬਲਿਹਾਰੀ ਗੁਰ ਆਪਣੈ ਦਿਉਹਾੜੀ ਸਦਬਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਧੰਨ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਕੀ ਵਾਰ ਮਹਿਲਾ ਪੰਜਵਾਂ। ਇੱਕ ਓਂਕਾਰ ਸਤ ਗੁਰਪ੍ਰਸਾਦ ਸ਼ਲੋਕ ਮਹਿਲਾ ਪੰਜਵਾਂ। ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਡੀਠ ਵਿਛੜਿਆ ਮੇਲੇ ਪ੍ਰਭੂ ਹਰ ਦਰਗਾਹ ਕਾ ਬਸੀਠ। ਹਰ ਨਾਮੋ ਮੰਤਰ ਦ੍ਰਿੜਾਇੰਦਾ ਕੱਟੇ ਹਉ ਮੈਂ ਰੋਗ ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨਾ ਤੁਰੇ ਪਿਆ ਸੰਜੋਗ। ਹਰ ਨਾਮੋ ਮੰਤਰ ਦ੍ਰਿੜਾਇੰਦਾ ਕੱਟੇ ਹਉ ਮੈਂ ਰੋਗ ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨਾ ਤੁਰੇ ਪਿਆ ਸੰਜੋਗ। ਪਰਮ ਸਤਿਕਾਰ ਯੋਗ ਚਵਰ ਛਤਰ ਤਖਤ ਦੇ ਮਾਲਕ ਗੁਰਤਾ ਗੱਦੀ ਤੇ ਬਿਰਾਜਮਾਨ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਰੂਪ ਗੁਰੂ ਪਿਆਰੇ ਸਤਸੰਗੀ ਜਨੋ, ਵੱਡਿਆਂ ਭਾਗਾਂ ਵਾਲੇ ਹਾਂ ਜਿਨ੍ਹਾਂ ਨੂੰ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠ ਕੇ ਗੁਰਮਤ ਵਿਚਾਰਾਂ ਨਾਲ ਸਾਂਝ ਪਾਉਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਇਸ ਵੇਲੇ ਆਪ ਜੀ ਨੇ ਜੋ ਪਾਵਨ ਪਵਿੱਤਰ ਬਚਨ ਹੁਕਮ ਰੂਪ ਦੇ ਅੰਦਰ ਬੜੇ ਹੀ ਪਿਆਰ ਅਦਬ ਸਤਿਕਾਰ ਨਾਲ ਸਰਵਣ ਕੀਤੇ ਹਨ, ਇਹ ਪਾਵਨ ਪਵਿੱਤਰ ਬਚਨ ਸ਼ਹੀਦਾਂ ਦੇ ਸਰਤਾਜ ਪੰਚਮ ਗੁਰਦੇਵ
ਧੰਨ ਧੰਨ ਸ਼੍ਰੀ ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਰਾਗ ਰਾਮਕਲੀ ਰਾਮਕਲੀ ਕੀ ਵਾਰ ਦੇ ਅੰਦਰ ਸਤਿਗੁਰੂ ਸ਼੍ਰੀ ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਜੀ ਦਾ ਇਹ ਪਾਵਨ ਪਵਿੱਤਰ ਪਹਿਲਾ ਸ਼ਲੋਕ ਹੈ। ਇਸ ਸ਼ਲੋਕ ਦਾ ਕੀਰਤਨ ਆਪ ਜੀ ਨੇ ਹੁਣੇ ਹੀ ਸਤਿਕਾਰਯੋਗ ਭਾਈ ਸਾਹਿਬ ਜੀ ਹੋਰਾਂ ਵੱਲੋਂ ਵੀ ਸਰਵਣ ਕੀਤਾ ਹੈ। ਬੜਾ ਹੀ ਮਨੋਹਰ ਕੀਰਤਨ ਕਰ ਰਹੇ ਸੀ, ਬੜੀ ਹੀ ਪਿਆਰੀ ਆਵਾਜ਼ ਹੈ। ਸਤਿਗੁਰੂ ਜੀ ਕਿਰਪਾ ਕਰਨ, ਇਸੇ ਤਰ੍ਹਾਂ ਚੜ੍ਹਦੀ ਕਲਾ ਬਖਸ਼ਣ। ਆਓ ਕੁਝ ਸਮਾਂ ਇਸ ਪਾਵਨ ਪਵਿੱਤਰ ਸ਼ਲੋਕ ਦੇ ਵਿਚਾਰ ਦੇ ਨਾਲ ਆਪਾਂ ਜੁੜਨ ਦਾ ਯਤਨ ਕਰਨਾ ਹੈ ਅਤੇ ਨਾਲ ਹੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਵੱਲੋਂ ਵੀ ਇਹ ਹੁਕਮ ਹੋਇਆ ਹੈ ਕਿ ਅੱਜ ਆਨੰਦ ਕਾਰਜ ਵੀ ਹੋਏ ਹਨ। ਸੋ ਉਸ ਵਿਸ਼ੇ ਸੰਬੰਧਿਤ ਵੀ ਆਪਾਂ ਵਿਚਾਰਾਂ ਕਰਨੀਆਂ ਨੇ ਅਤੇ ਨਾਲ ਹੀ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਦਾ ਅੱਜ ਜੋਤੀ ਜੋਤ ਦਿਵਸ, ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਦਾ ਗੁਰਤਾ ਗੱਦੀ ਦਿਹਾੜਾ, ਗੁਰੂ ਰਾਮਦਾਸ ਜੀ ਮਹਾਰਾਜ ਜੀ ਦਾ ਹੀ ਅੱਜ ਜੋਤੀ ਜੋਤ ਦਿਵਸ, ਉਪਰੰਤ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਜੀ ਦਾ ਅੱਜ ਗੁਰਤਾ ਗੱਦੀ ਦਿਹਾੜਾ, ਇਹ ਚਾਰ ਗੁਰਪੁਰਬ ਵੀ ਹਨ। ਸੋ ਇਹਨਾਂ ਵਿਸ਼ਿਆਂ ਦੇ ਸੰਬੰਧਿਤ ਵੀ ਆਪਾਂ ਵਿਚਾਰਾਂ ਸਾਂਝੀਆਂ ਕਰਾਂਗੇ। ਆਓ ਵਿਚਾਰਾਂ ਦਾ ਆਰੰਭ ਕਰਨ ਤੋਂ ਪਹਿਲਾਂ ਦਸ਼ਮੇਸ਼ ਪਿਤਾ ਕਲਗੀਧਰ ਸਤਿਗੁਰੂ ਜੀ ਦੇ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਬੜੇ ਹੀ ਪਿਆਰ ਅਦਬ ਸਤਿਕਾਰ ਨਾਲ ਕਰੀਏ। ਕੋਈ ਵੀ ਰਸਨਾ ਵਾਂਝੀ ਨਾ ਰਹੇ, ਪਿਆਰ ਸਤਿਕਾਰ ਨਾਲ ਪ੍ਰਵਾਨੋ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਸਭ ਤੋਂ ਪਹਿਲਾਂ ਅਸੀਂ ਆਪਣੀਆਂ ਮਨੋਬਿਰਤੀਆਂ ਨੂੰ ਇਕਾਗਰ ਕਰਦੇ ਹਾਂ, ਸਤਿਗੁਰੂ ਜੀ ਦੀ ਪਾਵਨ ਪਵਿੱਤਰ ਬਾਣੀ ਨੂੰ ਗਾਇਨ ਕਰੀਏ, ਸਾਰੇ ਰਲ ਮਿਲ ਕੇ ਪੜ੍ਹੀਏ। ਭੂਲੇ ਮਾਰਗ ਜਿਨੇ ਬਤਾਇਆ, ਭੂਲੇ ਮਾਰਗ ਜਿਨੇ ਬਤਾਇਆ, ਉਚਾਰਨ ਕੀਤਾ ਹੋਇਆ ਇਹ ਪਾਵਨ ਪਵਿੱਤਰ ਸ਼ਲੋਕ ਹੈ। ਸਤਿਗੁਰੂ ਜੀ ਇਸ ਪਾਵਨ ਪਵਿੱਤਰ ਸ਼ਲੋਕ ਦੇ ਆਰੰਭ ਦੇ ਅੰਦਰ ਸੱਚੇ ਸਤਿਗੁਰੂ ਦੀ ਉਪਮਾ ਕਰ ਰਹੇ ਨੇ, ਸੱਚੇ ਸਤਿਗੁਰੂ ਦੀ ਜਿਹੜੀ ਹੈ ਉਸਤਤ ਕਰ ਰਹੇ ਹਨ। ਸੱਚੇ ਸਤਿਗੁਰੂ ਦੀ ਸਾਨੂੰ ਮਹਾਨਤਾ ਬਾਰੇ ਦੱਸ ਰਹੇ ਨੇ ਕਿ ਪੂਰਾ ਗੁਰੂ ਮਹਾਨ ਕਿਵੇਂ। ਜੈਸਾ ਸਤਿਗੁਰ ਸੁਣੀ ਦਾ, ਧੰਨ ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ ਕਿ ਜਿਹੋ ਜਿਹਾ ਸਤਿਗੁਰੂ ਮੈਂ ਆਪਣੇ ਕੰਨਾਂ ਦੁਆਰਾ ਸੁਣਿਆ ਕਿ ਸਤਿਗੁਰੂ ਦਾ ਕੀ ਰੁਤਬਾ ਹੈ, ਸਤਿਗੁਰੂ ਦੇ ਕੀ ਕਰਮ ਹਨ, ਸਤਿਗੁਰੂ ਕਿਵੇਂ ਆਪਣੇ ਸਿੱਖ ਦੀ ਪ੍ਰਤਪਾਲਣਾ ਕਰਦਾ, ਸਤਿਗੁਰੂ ਕਿਵੇਂ ਆਪਣੇ ਸਿੱਖ ਦੀ ਦੁਰਮਤ ਵਾਲੀ ਜਿਹੜੀ ਮਤ ਹੈ ਉਹਨੂੰ ਕਿਵੇਂ ਉਹਦੇ ਜੀਵਨ ਦੇ ਵਿੱਚੋਂ ਧੋ ਕੇ ਪਾਸੇ ਕਰ ਦਿੰਦਾ, ਸਤਿਗੁਰੂ ਕਿਵੇਂ ਆਪਣੇ ਸਿੱਖ ਨੂੰ ਨਾਮ ਦਾ ਧੰਨ ਦਿੰਦਾ, ਕਿਵੇਂ ਆਪਣੇ ਸਿੱਖ ਨੂੰ ਵੱਡਿਆਂ ਭਾਗਾਂ ਵਾਲਾ ਬਣਾ ਦਿੰਦਾ, ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ। ਜਿਹੋ ਜਿਹਾ ਕੰਨਾਂ ਦੁਆਰਾ ਸੁਣਿਆ ਸੀ ਨਾ, ਅੱਜ ਮੈਂ ਵੇਖ ਵੀ ਲਿਆ, ਕਿਉਂਕਿ ਬਖਸ਼ਿਸ਼ ਇੰਨੀ ਕੀਤੀ, ਰਹਿਮਤਾਂ ਇੰਨੀਆਂ ਕੀਤੀਆਂ ਨੇ, ਕਿਰਪਾ ਇੰਨੀ ਕੀਤੀ ਹੈ
ਇੰਨਾ ਕੁਝ ਦੇ ਦਿੱਤਾ ਜਿਹਦੇ ਬਾਰੇ ਕਦੇ ਸੋਚਿਆ ਵੀ ਨਹੀਂ ਸੀ, ਜਿਹਦੇ ਬਾਰੇ ਕਦੇ ਵੀ ਸੋਚਿਆ ਨਹੀਂ ਸੀ। ਇਸ ਕਰਕੇ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ, ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ, ਉਹੋ ਜਿਹਾ ਵੇਖ ਲਿਆ, ਭਾਵ ਕਿ ਮੇਰੇ ਜੀਵਨ ਦੇ ਅੰਦਰ ਸਤਿਗੁਰੂ ਵਰਤਿਆ, ਸਤਿਗੁਰੂ ਨੇ ਆਪਣੇ ਉਪਦੇਸ਼ ਦੁਆਰਾ ਮੇਰੇ ਜੀਵਨ ਨੂੰ ਮਹਾਨ ਬਣਾਇਆ। ਹੁਣ ਸਵਾਲ ਇਹ ਖੜਾ ਹੁੰਦਾ ਕਿ ਗੁਰੂ ਅਰਜਨ ਪਾਤਸ਼ਾਹ ਜੀ ਦਾ ਸਤਿਗੁਰੂ ਕੌਣ ਹੈ? ਤਾਂ ਇਹਦਾ ਸਿੱਧਾ ਜਿਹਾ ਜਵਾਬ, ਬੜਾ ਪਿਆਰਾ ਜਵਾਬ ਇਹਦਾ ਇਹ ਹੈ ਕਿ ਗੁਰੂ ਅਰਜਨ ਪਾਤਸ਼ਾਹ ਜੀ ਦਾ ਸਤਿਗੁਰੂ ਉਹੀ ਹੈ ਜਿਹੜਾ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦਾ ਹੈ। ਗੁਰੂ ਨਾਨਕ ਪਾਤਸ਼ਾਹ ਜੀ ਦਾ ਗੁਰੂ ਕੌਣ ਹੈ? ਗੁਰੂ ਨਾਨਕ ਪਾਤਸ਼ਾਹ ਜੀ ਦਾ ਗੁਰੂ ਕੀ ਕਰਾਮਾਤ ਕਰਦਾ? ਤਾਂ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ, ਬਲਿਹਾਰੀ ਗੁਰ ਆਪਣੇ ਦਿਓਹਾੜੀ ਸਦਵਾਰ। ਮੈਂ ਆਪਣੇ ਗੁਰੂ ਤੋਂ ਬਲਿਹਾਰ ਜਾਂਦਾ। ਕੌਣ ਆਖਦੇ ਨੇ ਜੀ? ਕੌਣ ਆਖਦੇ ਨੇ? ਧੰਨ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ। ਗੁਰੂ ਨਾਨਕ ਜੀ ਮਹਾਰਾਜ ਫਰਮਾਉਂਦੇ ਨੇ, ਮੈਂ ਆਪਣੇ ਸਤਿਗੁਰੂ ਤੋਂ ਬਲਿਹਾਰ ਜਾਂਦਾ ਹਾਂ। ਇਹਦਾ ਮਤਲਬ ਗੁਰੂ ਨਾਨਕ ਦੇ ਉੱਪਰ ਵੀ ਕੋਈ ਗੁਰੂ ਹੈ ਜਿਹਦੀ ਉਪਮਾ, ਜਿਹਦੀ ਉਸਤਤ ਗੁਰੂ ਨਾਨਕ ਜੀ ਕਰ ਰਹੇ ਨੇ, ਅਸੀਂ ਉਸ ਗੁਰੂ ਦੇ ਨਾਲ ਜੁੜਨਾ। ਬਲਿਹਾਰੀ ਗੁਰ ਆਪਣੇ ਦਿਓਹਾੜੀ ਸਦਵਾਰ। ਇੱਕ ਦਿਹਾੜੀ ਦੇ ਵਿੱਚ ਸੌ ਸੌ ਵਾਰ ਸਦਕੇ ਜਾਣਾ, ਸੌ ਸੌ ਵਾਰ ਬਲਿਹਾਰ ਨੇ ਜਾਣਾ, ਵਾਰ ਨੇ ਜਾਣਾ, ਘੁੰਮ ਘੁੰਮ ਜਾਣਾ। ਕਾਰਨ ਕੀ ਹੈ ਮਹਾਰਾਜ? ਤੁਸੀਂ ਆਪਣੇ ਸਤਿਗੁਰੂ ਨਾਲ ਇੰਨਾ ਪਿਆਰ ਕਰਦੇ ਹੋ। ਕੀ ਸਤਿਗੁਰੂ ਜੀ ਨੇ ਤੁਹਾਡੇ ਜੀਵਨ ਦੇ ਅੰਦਰ ਕਲਾ ਵਰਤਾ ਦਿੱਤੀ ਹੈ? ਕੀ ਐਸਾ ਤੁਹਾਡੇ ਜੀਵਨ ਦੇ ਵਿੱਚ ਵਾਪਰਿਆ ਜਾਂ ਸਮਾਜ ਵਿੱਚ ਵਾਪਰ ਰਿਹਾ ਸਤਿਗੁਰੂ ਦੀ ਕਿਰਪਾ ਕਰਕੇ, ਜਿਹਦੇ ਕਰਕੇ ਤੁਸੀਂ ਇੰਨਾ ਬਲਿਹਾਰ ਜਾ ਰਹੇ ਹੋ? ਗੁਰੂ ਨਾਨਕ ਜੀ ਫਰਮਾਉਂਦੇ ਹਨ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਜਿਨ ਮਾਨਸ ਤੇ ਦੇਵਤੇ ਕੀਏ, ਪਸ਼ੂ ਬਿਰਤੀ ਵਾਲਾ ਸੁਭਾਅ ਚੁੱਕੀ ਫਿਰਦੇ ਸੀ, ਕਦੇ ਲਾਲਚੀ ਹੋ ਕੇ ਕੁੱਤੇ ਬਣ ਜਾਣਾ, ਹਾਂਜੀ, ਤੇ ਕਦੇ ਈਰਖਾ ਦੇ ਵੱਸ ਆ ਕੇ ਸੱਪ ਬਣ ਜਾਣਾ, ਕਦੇ ਮਾਪਿਆਂ ਨੂੰ ਡੰਗਣ ਲੱਗ ਜਾਣਾ, ਕਦੇ ਭੈਣ ਭਰਾਵਾਂ ਦੇ ਦੁਆਲੇ ਹੋ ਜਾਣਾ, ਕਦੇ ਘਰ ਵਾਲੀ ਨੂੰ ਡੰਗਣਾ ਤੇ ਕਦੇ ਬੱਚਿਆਂ ਨੂੰ ਡੰਗਣਾ, ਜ਼ਹਿਰ ਉਗਲਦੇ ਰਹਿਣਾ ਹਰ ਵੇਲੇ, ਇਹ ਅੰਦਰ ਦੀ ਹਾਲਤ ਬਣੀ ਪਈ ਸੀ। ਜਿਨ ਮਾਨਸ ਤੇ ਦੇਵਤੇ ਕੀਏ, ਦੈਵੀ ਗੁਣਾਂ ਵਾਲੇ ਬਣਾ ਦਿੱਤਾ। ਸਮਾਜ ਦੇ ਵਿੱਚ ਕਿਵੇਂ ਵਿਚਰਨਾ ਹੈ, ਰਿਸ਼ਤੇ ਨਾਤਿਆਂ ਨੂੰ ਕਿਵੇਂ ਨਿਭਾਉਣਾ ਹੈ, ਸਮਾਜ ਭਲਾਈ ਦੇ ਕੰਮ ਕਿਵੇਂ ਕਰਨੇ ਹਨ, ਇਹ ਸੋਹਣੀਆਂ ਸੋਹਣੀਆਂ ਵਧੀਆ ਵਧੀਆ ਵਿਚਾਰਾਂ ਮੇਰੇ ਜੀਵਨ ਦੇ ਅੰਦਰ ਆਉਣੀਆਂ ਸ਼ੁਰੂ ਹੋ ਗਈਆਂ। ਜਿਨ੍ਹਾਂ ਨੇ ਵੀ ਐਸੇ ਸਤਿਗੁਰੂ ਦਾ ਸੰਗ ਮਾਣਿਆ, ਉਹਨਾਂ ਦਾ ਜੀਵਨ ਇਸ ਤਰ੍ਹਾਂ ਮਹਾਨ ਬਣ ਗਿਆ ਜਿਵੇਂ ਭਾਈ ਘਨੱਈਆ ਜੀ ਦਾ ਜੀਵਨ ਬਣ ਕੇ ਮਹਾਨ। ਮੈਦਾਨੇ ਜੰਗ ਦੇ ਵਿੱਚ ਜਿੱਥੇ ਦੁਸ਼ਮਣਾਂ ਦੇ ਨਾਲ ਜੂਝ ਰਹੇ ਨੇ, ਉੱਥੇ ਹੀ ਉਹਨਾਂ ਨੂੰ ਪਾਣੀ ਪਿਆਉਣ ਦੀ ਸੇਵਾ ਵੀ ਕਰ ਰਹੇ ਨੇ। ਮੈਦਾਨੇ ਜੰਗ ਦੇ ਵਿੱਚ ਪਾਣੀ ਪਿਆ ਰਹੇ ਨੇ, ਉੱਥੇ ਸਿਰ ਧੜ ਦੀ ਬਾਜ਼ੀ ਲੱਗੀ ਹੋਈ ਹੈ। ਪਤਾ ਹੈ ਵੀ ਸਾਹਮਣੇ ਜਿਹਨੂੰ ਮੈਂ ਪਾਣੀ ਪਿਆ ਰਿਹਾ ਉਹ ਮੇਰਾ ਦੁਸ਼ਮਣ ਹੈ, ਉਹਨੇ ਕੋਈ ਘੱਟ ਨਹੀਂ ਗੁਜ਼ਾਰਨਾ, ਪਰ ਪਾਣੀ ਪਿਆ ਰਹੇ ਨੇ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਹੋਰ ਅਸੀਸ ਦਿੰਦੇ ਨੇ ਅਤੇ ਆਖਦੇ ਨੇ, ਭਾਈ ਜੀ ਜਿੱਥੇ ਪਾਣੀ ਪਿਆਉਂਦੇ ਹੋ ਉੱਥੇ ਜ਼ਖਮਾਂ 'ਤੇ ਮੱਲਮ ਪੱਟੀ ਵੀ ਲਾ ਦਿਆ ਕਰੋ, ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇਹ ਗੁਰੂ ਅੰਦਰ ਦਾ ਦਾਨ ਦਿੰਦਾ, ਗੁਰੂ ਜੀ ਦਾ ਦਾਨ ਦਿੰਦਾ ਕਿ ਐਸੇ ਸਮੇਂ ਦੇ ਅੰਦਰ ਜਿੱਥੇ ਪਾਣੀ ਪਿਲਾਇਆ ਜਾ ਰਿਹਾ ਉੱਥੇ ਜ਼ਖਮਾਂ ਦੇ ਉੱਤੇ ਮੱਲਮ ਪੱਟੀ ਵੀ ਕਰੋ। ਇਹ ਸੇਵਾ ਜਿਹੜੀ ਹੈ ਇਹ ਕਿੱਥੋਂ ਸਿੱਖੀ ਹੈ? ਗੁਰੂ ਕੇ ਸਿੱਖਾਂ ਨੇ ਗੁਰਦੁਆਰੇ ਦੇ ਵਿੱਚੋਂ ਸਿੱਖੀ ਹੈ, ਕਿਉਂਕਿ ਗੁਰਦੁਆਰਾ ਸਿੱਖੀ ਦਾ ਕੇਂਦਰ, ਸਿੱਖੀ ਦਾ ਸਕੂਲ, ਜਿੱਥੇ ਆ ਕੇ ਅਸੀਂ ਸੇਵਾ ਸਿੱਖਦੇ ਹਾਂ, ਸੇਵਾ ਕਰਨੀ ਜਾਣਦੇ ਹਾਂ, ਉਸ ਤੋਂ ਬਾਅਦ ਅਸੀਂ ਸਮਾਜ ਵਿੱਚ ਜਾ ਕੇ ਉਹ ਸੇਵਾ ਕਰਨੀ ਹੈ। ਜੈਸੀ ਸੇਵਾ ਗੁਰੂ ਕੇ ਸਿੱਖਾਂ ਨੇ ਵੀ ਕੀਤੀ ਅਤੇ ਗੁਰੂ ਪਾਤਸ਼ਾਹ ਨੇ ਆਪ ਵੀ ਕੀਤੀ ਹੈ। ਹੁਣ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਜਿਨ ਮਾਨਸ ਤੇ ਦੇਵਤੇ ਕੀਏ, ਦੈਵੀ ਗੁਣਾਂ ਵਾਲੇ ਬਣਾ ਦਿੱਤਾ, ਕਰਤ ਨਾ ਲਾਗੀ ਵਾਰ, ਇੱਕ ਪਲ ਵੀ ਨਹੀਂ ਲਾਇਆ, ਜੀਵਨ ਵਿੱਚ ਤਬਦੀਲੀ ਆ ਗਈ, ਪਲਟਾ ਆ ਗਿਆ। ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ, ਉਹ ਸਤਿਗੁਰੂ ਕੌਣ ਹੈ? ਗੁਰੂ ਨਾਨਕ ਜੀ ਨੂੰ ਜੋਗੀ ਪੁੱਛਦੇ ਨੇ, ਸਿੱਧ ਪੁੱਛਦੇ ਨੇ, ਮਹਾਰਾਜ ਤੁਹਾਡਾ ਸਤਿਗੁਰੂ ਕੌਣ ਹੈ? ਗੁਰੂ ਨਾਨਕ ਜੀ ਆਖਦੇ ਨੇ, ਬੜਾ ਸੌਖਾ ਜਿਹਾ ਜਵਾਬ ਹੈ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਮੇਰਾ ਗੁਰੂ ਸ਼ਬਦ ਹੈ, ਗਿਆਨ ਗੁਰੂ ਹੈ, ਅਕਾਲ ਪੁਰਖ ਪਰਮੇਸ਼ਰ ਦੀ ਬਖਸ਼ਿਸ਼ ਗਿਆਨ ਮੇਰਾ ਸਤਿਗੁਰੂ ਹੈ, ਅਤੇ ਉਹਦੇ ਵਿੱਚ ਡੁੱਬੀ ਹੋਈ, ਉਹਦੇ ਮਗਰ ਲੱਗੀ ਹੋਈ ਮੇਰੀ ਸੁਰਤ, ਉਸ ਸ਼ਬਦ ਗੁਰੂ ਦਾ, ਗਿਆਨ ਗੁਰੂ ਦਾ ਚੇਲਾ ਹੀ ਹੈ, ਹੋਰ ਕੀ ਹੈ? ਭਾਵ ਕਿ ਸਤਿਗੁਰੂ ਜੀ ਨੇ ਸਾਨੂੰ ਸ਼ਬਦ ਗੁਰੂ ਦੇ ਲੜ ਲਾ ਦਿੱਤਾ, ਐਸੇ ਸ਼ਬਦ ਗੁਰੂ ਦੀ, ਗਿਆਨ ਗੁਰੂ ਦੀ ਗੱਲ ਧੰਨ ਗੁਰੂ ਅਰਜੁਨ ਪਾਤਸ਼ਾਹ ਜੀ ਮਹਾਰਾਜ ਕਰ ਰਹੇ ਨੇ, ਅਸੀਂ ਕਿਸੇ ਭੁਲੇਖੇ 'ਚ ਨਹੀਂ ਪੈਣਾ। ਗੁਰੂ ਅਰਜੁਨ ਪਾਤਸ਼ਾਹ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ, ਜੈਸਾ ਸਤਿਗੁਰ ਸੁਣੀ ਦਾ ਮੈਂ ਸੁਣਿਆ,
ਤੈਸੋ ਹੀ ਮੈਂ ਡੀਠ, ਉਹੋ ਜਿਹਾ ਆਪਣੇ ਜੀਵਨ ਵਿੱਚ ਵਰਤਦਾ ਵੇਖ ਵੀ ਲਿਆ ਕਿ ਕਿੰਨੀ ਕਰਾਮਾਤ ਹੈ ਸਤਿਗੁਰੂ ਦੇ ਅੰਦਰ। ਕੀ ਕਰਦਾ ਸਤਿਗੁਰੂ? ਵਿਛੜਿਆ ਮੇਲੇ ਪ੍ਰਭੂ, ਸਾਨੂੰ ਵਿਛੜਿਆ, ਅਸੀਂ ਰੱਬ ਜੀ ਦੇ ਕੋਲੋਂ ਵਿਛੜੇ ਹਾਂ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ, ਰੱਬ ਜੀ ਤੇ ਸਦਾ ਹੀ ਤੇਰੇ ਨਾਲ ਨੇ। ਮਹਾਰਾਜ, ਮੈਂ ਰੱਬ ਜੀ ਨਾਲ ਜੁੜ ਕੇ ਕਿਵੇਂ ਰੰਗ ਮਾਣਾ? ਤਾਂ ਸਤਿਗੁਰੂ ਦੀ ਬਾਣੀ ਆਖਦੀ ਬੜਾ ਸੌਖਾ ਢੰਗ, ਗੁਰਮਤੀ ਰੰਗ ਮਾਣ, ਗੁਰੂ ਦੀ ਮਤ ਲੈ ਲੈਣਾ। ਗੁਰ ਕੀ ਮਤ ਤੂੰ ਲੇ ਇਆਨੇ, ਭਗਤ ਬਿਨਾਂ ਬਹੁ ਡੂਬੇ ਸਿਆਨੇ। ਮੇਰੇ ਵਰਗੇ ਕਈ ਕਥਾਕਾਰ, ਕਈ ਵਿਦਵਾਨ ਡੁੱਬ ਗਏ ਜਿਨ੍ਹਾਂ ਦੇ ਕੋਲ ਗੁਰੂ ਦੀ ਮਤ ਕੋਈ ਨਹੀਂ, ਜਿਹਦੇ ਕੋਲ ਗੁਰੂ ਦਾ ਉਪਦੇਸ਼ ਕੋਈ ਨਹੀਂ, ਜਿਹੜੇ ਗੁਰੂ ਦੇ ਉਪਦੇਸ਼ ਨੂੰ ਜੀਵਨ ਵਿੱਚ ਧਾਰਨ ਕੀਤੇ ਬਗੈਰ ਹੀ ਆਪਣੀ ਵਿਦਵਤਾ ਝਾੜਦੇ ਨੇ, ਅਹੰਕਾਰ ਵਿੱਚ ਤੁਰੇ ਫਿਰਦੇ ਨੇ। ਸਤਿਗੁਰੂ ਜੀ ਆਖਦੇ ਨੇ ਡੁੱਬ ਗਏ ਨੇ, ਬਹੁਤ ਡੁੱਬੇ ਸਿਆਣੇ। ਆਪਣੇ ਆਪ ਨੂੰ ਸਿਆਣੇ ਸਿਆਣੇ ਕਹਾਉਣ ਵਾਲੇ, ਧਰਮਾਤਮਾ ਮਹਾਂਪੁਰਖ ਸੰਤ ਕਹਾਉਣ ਵਾਲੇ ਵੀ ਡੁੱਬ ਗਏ ਨੇ, ਕਿਉਂਕਿ ਪੱਲੇ ਗੁਰੂ ਦਾ ਉਪਦੇਸ਼ ਕੋਈ ਨਹੀਂ, ਪੱਲੇ ਗੁਰੂ ਦੀ ਮਤ ਕੋਈ ਨਹੀਂ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਵਿਛੜਿਆ ਮੇਲੇ ਪ੍ਰਭੂ, ਵਿਛੜਿਆ ਨੂੰ ਮੇਲ ਦਿੰਦਾ। ਵੇਖੋ ਕਿਵੇਂ ਸੱਜਣ ਨੂੰ ਮਿਲਾਪ ਕਰਾ ਦਿੱਤਾ। ਧੰਨ ਗੁਰੂ ਨਾਨਕ ਜੀ ਨੇ ਉਸ ਗਿਆਨ ਗੁਰੂ ਦੀ ਕਿਰਪਾ ਸਦਕਾ ਸੱਜਣ ਨੂੰ ਉਹਦਾ ਅੰਦਰ ਵਿਖਾ ਦਿੱਤਾ ਵੀ ਤੇਰਾ ਕੰਮ ਤੇ ਬਗਲਿਆਂ ਵਾਲਾ ਬਣਿਆ ਹੋਇਆ। ਬਗਲਾ ਕੀ ਕਰਦਾ? ਸਮਾਧੀ ਲਾਉਂਦਾ, ਲੱਤ ਤੇ ਖੜਾ ਹੋ ਜਾਂਦਾ, ਪਾਣੀ ਵਿੱਚ ਖੜਾ। ਮੱਛੀਆਂ ਨੂੰ ਭੁਲੇਖਾ ਪੈ ਗਿਆ ਵੀ ਕਿਧਰੇ ਧਰਮਾਤਮਾ ਹੈ, ਕੋਲ ਜਾਵਾਂਗੇ ਕਿਧਰੇ ਆਸ਼ੀਰਵਾਦ ਹੀ ਦੇਵੇਗਾ। ਪਰ ਜਿਵੇਂ ਹੀ ਮੱਛੀਆਂ ਜਾਂ ਡੱਡੀਆਂ ਕੋਲ ਆਉਂਦੀਆਂ ਨੇ, ਝੱਟ ਚ ਪੱਟਾ ਮਾਰ ਕੇ ਉਹਨਾਂ ਨੂੰ ਨਿਗਲ ਜਾਂਦਾ, ਉਹਨਾਂ ਨੂੰ ਨਿਗਲ ਜਾਂਦਾ, ਖਤਮ ਕਰ ਜਾਂਦਾ। ਇਸੇ ਤਰ੍ਹਾਂ ਹੈ ਸੱਜਣਾ, ਨਾਮ ਤੇ ਤੇਰਾ ਬੜਾ ਪਿਆਰ ਹੈ ਸੱਜਣ, ਹਾਂਜੀ, ਤੇ ਕੰਮ ਤੇਰੇ ਕੀ ਨੇ? ਠੱਗਾਂ ਵਾਲੇ। ਬੜਾ ਦੋਹਰਾ ਜੀਵਨ ਜੀ ਰਿਹਾ, ਨਾਮ ਸੱਜਣ, ਕੰਮ ਠੱਗਾਂ ਵਾਲੇ। ਇੱਕ ਕੰਮ ਕਰ ਲੈ, ਜਾਂ ਤੇ ਠੱਗ ਹੀ ਬਣ ਜਾ ਤੇ ਜਾਂ ਫਿਰ ਸੱਜਣ ਹੋ ਜਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ, ਜਾਂ ਸੱਜਣ ਬਣ ਜਾਂ ਠੱਗ ਬਣ, ਇੱਕ ਪਾਸੇ ਖੜ ਵੀ। ਇਹ ਦੁਬਿਧਾ ਵਾਲਾ ਜਿਹੜਾ ਜੀਵਨ ਹੈ ਨਾ, ਇਹ ਕੋਈ ਚੰਗਾ ਨਹੀਂ ਤੇਰੇ ਵਾਸਤੇ, ਵਧੀਆ ਨਹੀਂ। ਜਾਂ ਤੇ ਬੰਦਾ ਪਾਸ ਹੋ ਗਿਆ ਜਾਂ ਫੇਲ ਹੋ ਗਿਆ, ਕਿਨਾਰੇ ਲੱਗਿਆ, ਕੰਪਾਰਟਮੈਂਟ ਆਈ ਪਈ ਹੈ, ਨਾ ਇੱਧਰ ਜੋਗਿਆ ਨਾ ਉੱਧਰ ਜੋਗਿਆ, ਕਰੀਏ ਕੀ? ਗੁਰੂ ਨਾਨਕ ਜੀ ਨੇ ਮਤ ਦਿੱਤੀ ਵੀ ਇਹ ਬਗਲੇ ਵਾਲਾ ਜੀਵਨ ਛੱਡ, ਤਿਆਗ ਪਸ਼ੂ ਬਿਰਤੀ, ਪੰਛੀ ਬਿਰਤੀ ਨੂੰ ਤਿਆਗਣ ਦਾ ਯਤਨ ਕਰ, ਆਪਣੇ ਮੂਲ ਦੇ ਨਾਲ ਜੁੜ, ਸੱਚ ਦੇ ਨਾਲ ਜੁੜ, ਤੇਰਾ ਜੀਵਨ ਕਿਧਰੇ ਮਹਾਨ ਬਣੇ। ਸੱਜਣ ਨੂੰ ਸਮਝ ਪਈ ਹੈ, ਗੁਰੂ ਨਾਨਕ ਜੀ ਦੇ ਚਰਨਾਂ 'ਤੇ ਢਹਿ ਪਿਆ, ਅਤੇ ਮੁੜ ਕੇ ਫਿਰ ਸਮਾਜ ਸੇਵੀ, ਸਮਾਜ ਭਲਾਈ ਦੇ ਕੰਮ ਕਰਨ ਦੇ ਲਈ ਨੋ ਬਰ ਨੋ ਤਿਆਰ ਹੋ ਗਿਆ। ਇਹ ਕਿਰਪਾ ਕਿਹਦੀ ਹੋਈ? ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜੀ ਨੇ ਉਸ ਅਕਾਲ ਪੁਰਖ ਪਰਮੇਸ਼ਰ ਦੀ ਬਖਸ਼ਿਸ਼, ਜਿਸ ਨੂੰ ਗਿਆਨ ਗੁਰੂ ਆਖਿਆ ਜਾਂਦਾ, ਉਹਦੇ ਦੁਆਰਾ ਸੱਜਣ ਦਾ ਅੰਦਰ ਸੀ ਜਿਹੜਾ, ਉਹ ਬਿਲਕੁਲ ਚੇਂਜ ਕਰਕੇ ਰੱਖ ਦਿੱਤਾ, ਤਬਦੀਲ ਕਰਕੇ ਰੱਖ ਦਿੱਤਾ। ਹੁਣ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਵਿਛੜਿਆ ਮੇਲੇ ਪ੍ਰਭੂ, ਹਰ ਦਰਗਾਹ ਕਾ ਬਸੀਠ, ਹਰ ਦਰਗਾਹ ਕਾ ਬਸੀਠ, ਰੱਬ ਜੀ ਦੀ ਦਰਗਾਹ ਦਾ ਬਸੀਠ ਹੈ। ਬਸੀਠ ਦਾ ਅਰਥ ਹੈ ਵਿਚੋਲਾ, ਵਕੀਲ, ਜਿਹੜਾ ਮਿਲਾਪ ਕਰਾਉਣ ਵਾਲਾ ਹੈ। ਹਰ ਦਰਗਾਹ ਕਾ ਬਸੀਠ, ਰੱਬ ਜੀ ਜਿੱਥੇ ਰਹਿੰਦੇ ਹਨ ਉਹਨਾਂ ਦੀ ਦਰਗਾਹ ਵੀ ਉੱਥੇ ਹੀ ਹੈ। ਰੱਬ ਜੀ ਸਾਡੇ ਅੰਦਰ ਰਹਿੰਦੇ ਹਨ, ਸਾਡੇ ਅੰਦਰ ਵੀ ਉਹਨਾਂ ਦਾ ਤਖਤ ਲੱਗਾ ਹੋਇਆ, ਅੰਦਰ ਦਰਗਾਹ ਹੈ, ਅੰਦਰ ਰਾਜਾ ਤਖਤ ਹੈ, ਆਪੇ ਕਰੇ ਨਿਆਂ। ਅਤੇ ਬਾਹਰ ਵੀ ਅਕਾਲ ਪੁਰਖ ਪਰਮੇਸ਼ਰ ਜੀ ਰਹਿੰਦੇ ਹਨ, ਅਤੇ ਰੱਬ ਜੀ ਦੀ ਦਰਗਾਹ ਬਾਹਰ ਵੀ ਹੈ, ਅੰਦਰ ਬਾਹਰ ਦਰਗਾਹ ਲੱਗੀ ਹੋਈ ਹੈ। ਮਨੁੱਖ ਅੰਦਰੋਂ ਮੰਦੇ ਕਰਮ, ਮੰਦੀਆਂ ਵਿਚਾਰਾਂ ਬਾਰੇ ਜਦੋਂ ਚਿਤਵਦਾ ਹੈ, ਸੋਚਦਾ ਹੈ, ਅਤੇ ਅੰਦਰੋਂ ਅੰਦਰ ਹੀ ਸਜ਼ਾ ਭੁਗਤਦਾ ਹੈ। ਜਦੋਂ ਪਾਪ ਦੇ ਵੱਸ ਹੋ ਕੇ ਮਨੁੱਖੀ ਮਨ ਪਾਪੀ ਬਣਦਾ, ਅਤੇ ਉਦੋਂ ਈਰਖਾ ਦੀ ਅੱਗ ਵਿੱਚ, ਤ੍ਰਿਸ਼ਨਾ ਦੀ ਅੱਗ ਦੇ ਵਿੱਚ ਸੜਦਾ ਹੈ, ਮੱਚਦਾ ਹੈ। ਸਤਿਗੁਰੂ ਦੀ ਬਾਣੀ ਦੇ ਬਚਨ ਹਨ, ਪਾਪੀ ਕਾ ਘਰ ਅਗਨੈ ਮਾਹੇ, ਪਾਪੀ ਦਾ ਘਰ ਹਮੇਸ਼ਾ ਅੱਗ ਦੇ ਵਿੱਚ ਰਹਿੰਦਾ ਹੈ। ਅਤੇ ਅੱਗ ਦਾ ਕੰਮ ਕੀ ਹੈ? ਸੇਕ ਦੇਣਾ, ਸਾੜਨਾ, ਸਾੜਦੀ ਹੈ, ਸਵਾਹ ਕਰਦੀ ਹੈ। ਪਾਪੀ ਕਾ, ਪਾਪੀ ਕੌਣ ਹੈ? ਮੇਰਾ ਮਨ ਹੈ, ਜਿਹਨੇ ਅੰਦਰ ਪਾਪ ਛੁਪਾਇਆ ਹੋਇਆ, ਪਾਪੀ ਹੀ ਹੈ ਮੈਂ। ਕਾਮ ਵਸਾਏ, ਮਤਲਬ ਅੰਦਰ ਕਾਮ ਦੀ ਮੰਦੀ ਵਾਸ਼ਨਾ ਜਿਹੜੀ ਹੈ, ਵਸਾ ਕੇ ਬੈਠਾ ਹੋਇਆ ਮਨੁੱਖੀ ਮਨ ਪਾਪੀ ਬਣਿਆ ਹੋਇਆ, ਕਿਉਂਕਿ ਪਾਪ ਨਾਲ ਯਾਰੀ ਲਾਈ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਐਸਾ ਪਾਪੀ ਸਦਾ ਅੱਗ ਦੇ ਵਿੱਚ ਰਹਿੰਦਾ, ਜਿਹਨੂੰ ਇਸਲਾਮ ਦੇ ਵਿੱਚ ਦੋਜਖ ਆਖਿਆ ਗਿਆ। ਦੋਜਖ, ਉਹਨਾਂ ਦਾ ਮੰਨਣਾ ਮਰਨ ਤੋਂ ਬਾਅਦ ਜੇ ਅੱਲਾਹ ਉੱਤੇ ਇਮਾਨ ਨਹੀਂ ਸੀ ਤਾਂ ਦੋਜਖ ਦੀ ਅੱਗ ਵਿੱਚ ਸੜਨਾ ਪਏਗਾ। ਸਤਿਗੁਰੂ ਦੀ ਬਾਣੀ ਬਖਸ਼ਿਸ਼ ਕਰਦੀ ਹੈ, ਜੇ ਤੇਰਾ ਅੱਜ ਇਮਾਨ ਨਹੀਂ ਤਾਂ ਅੱਜ ਤੂੰ ਦੋਜਖ ਦੀ ਅੱਗ ਦੇ ਵਿੱਚ ਸੜ ਰਿਹਾ ਹੈ, ਕਲਬ ਰਿਹਾ ਹੈ, ਸੜ ਭੁੱਜ ਰਿਹਾ ਹੈ, ਕਿਉਂਕਿ ਹਰ ਬਿਨ ਜੀਓ ਜਲ ਬਲ ਜਾਓ। ਮੈਂ ਆਪਣਾ ਗੁਰ ਪੂਛ ਦੇਖਿਆ ਅਵਰ ਨਾ ਹੀ ਥਾਂ, ਆਪਣੇ ਸਤਿਗੁਰੂ ਨੂੰ ਜਿਹੜਾ ਗਿਆਨ ਗੁਰੂ ਹੈ,
ਉਹਨੂੰ ਪੁੱਛ ਕੇ ਵੇਖ ਲਿਆ ਕਿ ਅਕਾਲ ਪੁਰਖ ਪਰਮੇਸ਼ਰ ਦੀ ਸਿੱਖਿਆ ਬਿਨਾਂ, ਗੁਣਾਂ ਬਿਨਾਂ, ਉਹਦੇ ਸੁਭਾਅ ਤੋਂ ਬਿਨਾਂ, ਉਹਦੇ ਨਾਮ ਤੋਂ ਬਿਨਾਂ ਮੇਰੀ ਜਿਹੜੀ ਜਿੰਦ ਹੈ ਉਹ ਸੜ ਵਲ ਜਾਂਦੀ ਹੈ। ਪਾਪੀ ਕਾ ਘਰ ਅਗਨੈ ਮਾਹੇ ਜਲਤ ਰਹੇ, ਇਹ ਅੱਗ ਸਦਾ ਜਲਦੀ ਹੀ ਰਹਿੰਦੀ ਹੈ, ਮਿਟਵੇ ਕਬ ਨਾ ਹੈ ਅਤੇ ਕਦੇ ਮਿਟਦੀ ਨਹੀਂ, ਬੰਦ ਨਹੀਂ ਹੁੰਦੀ। ਉਦੋਂ ਹੀ ਇਹ ਤਪਤ ਕੜਾਹਾ ਬੁੱਝਦਾ ਹੈ ਜਦੋਂ ਗੁਰੂ ਸ਼ੀਤਲ ਨਾਮ ਸਾਨੂੰ ਦਿੰਦਾ ਹੈ। ਇਸ ਕਰਕੇ ਗੁਰੂ ਦੇ ਲੜ ਲੱਗਣਾ ਸਾਡੀ ਜ਼ਿੰਦਗੀ ਦਾ ਅਸਲ ਮਨੋਰਥ ਹੈ, ਮੁੱਖ ਮਨੋਰਥ ਹੈ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਹਰ ਨਾਮੋ ਮੰਤਰ ਦ੍ਰਿੜਾਏਂਦਾ। ਸਤਿਗੁਰੂ ਜੀ ਕੀ ਕਰਦੇ ਨੇ, ਹਰ ਨਾਮੋ, ਹਰੀ ਦਾ ਨਾਮ, ਹਰੀ ਦਾ ਹੁਕਮ ਸਾਨੂੰ ਦ੍ਰਿੜ ਕਰਵਾਉਂਦਾ ਹੈ। ਜਿਵੇਂ ਕਿ ਇੱਥੇ ਰੂਲ ਬਣੇ ਹੋਏ ਨੇ, ਰੂਲ ਨੇ ਸਰਕਾਰ ਦੇ ਰੂਲ। ਇੱਕ ਰੂਲ ਉਹ ਬਣਾਉਂਦਾ ਜਿਹੜਾ ਬਣਾ ਕੇ ਛੱਡ ਦਿੰਦਾ, ਉਹਨੂੰ ਕੋਈ ਮੰਨੇ ਜਾਂ ਨਾ ਮੰਨੇ। ਜਿਵੇਂ ਮੰਨ ਲਓ ਬੈਂਕ ਦੇ ਵਿੱਚ ਪੈਸੇ ਜਮ੍ਹਾਂ ਕਰਾਉਣ ਜਾਣਾ, ਉੱਥੇ ਲਾਈਨ ਲੱਗੀ ਹੋਈ ਹੈ, ਕੋਈ ਲਾਈਨ ਤੋੜ ਕੇ ਅੱਗੇ ਚਲਾ ਜਾਏ, ਕੋਈ ਪਿੱਛੇ ਆ ਜਾਏ, ਉਹ ਜਿਹੜੇ ਪੈਸੇ ਲੈ ਕੇ ਜਮ੍ਹਾਂ ਕਰਨ ਵਾਲੇ ਨੇ ਜਾਂ ਪੈਸੇ ਦੇਣ ਵਾਲੇ ਨੇ, ਉਹ ਉੱਥੇ ਚਾਹ ਪੀਣੀ ਸ਼ੁਰੂ ਕਰ ਦੇਣ ਜਾਂ ਮੋਬਾਈਲ ਚਲਾਉਣਾ ਸ਼ੁਰੂ ਕਰ ਦੇਣ, ਉੱਠ ਕੇ ਪਾਸੇ ਚਲੇ ਜਾਣ, ਫਿਰ ਆਪਣੀ ਮਰਜ਼ੀ ਨਾਲ ਆ ਜਾਣ। ਉਹਨਾਂ ਉੱਤੇ ਕੋਈ ਰੂਲ ਨਹੀਂ ਚੱਲ ਰਿਹਾ, ਕੋਈ ਹੁਕਮ ਨਹੀਂ ਚੱਲ ਰਿਹਾ, ਰੂਲ ਬਣਾ ਕੇ ਛੱਡ ਛੱਡੇ ਨੇ। ਉਹਨਾਂ ਨੂੰ ਕੋਈ ਮੰਨਣ ਲਈ ਤਿਆਰ ਨਹੀਂ ਅਤੇ ਉਹਨਾਂ ਨੂੰ ਲਾਗੂ ਕਰਨ ਲਈ ਵੀ ਤਿਆਰ ਕੋਈ ਨਹੀਂ। ਇੱਕ ਐਸੇ ਰੂਲ ਵੀ ਨੇ ਅਤੇ ਇੱਕ ਪਾਸੇ ਐਸੇ ਰੂਲ ਨੇ ਜਿਹੜੇ ਬਣਾ ਦਿੱਤੇ ਨੇ ਪਰ ਛੱਡੇ ਕੋਈ ਨਹੀਂ, ਉਹ ਵਰਤ ਰਹੇ ਨੇ, ਇੱਥੇ ਵਰਤਦੇ ਨੇ, ਅਸੀਂ ਪ੍ਰਤੱਖ ਵੇਖ ਰਹੇ ਹਾਂ। ਇਸੇ ਤਰ੍ਹਾਂ ਅਕਾਲ ਪੁਰਖ ਪਰਮੇਸ਼ਰ ਦੇ ਅਟਲ ਰੂਲ, ਅਟਲ ਹੁਕਮ, ਅਕਾਲ ਪੁਰਖ ਪਰਮੇਸ਼ਰ ਦਾ ਕੁੱਲ ਕਾਇਨਾਤ ਦੇ ਵਿੱਚ ਵਰਤ ਰਿਹਾ ਹੈ। ਕੀ ਵਰਤ ਰਿਹਾ? ਜਦੋਂ ਝੂਠ ਬੋਲਦੇ ਹਾਂ ਉਦੋਂ ਪਰੇਸ਼ਾਨੀ ਹੁੰਦੀ ਹੈ, ਜਦੋਂ ਹੇਰਾ ਫੇਰੀ ਕਰਦੇ ਹਾਂ ਉਦੋਂ ਅੰਦਰ ਫਿਕਰ ਵਿੱਚ ਲੱਗ ਜਾਂਦੇ ਹਾਂ, ਜਦੋਂ ਕਿਸੇ ਨਾਲ ਠੱਗੀ ਠੋਰੀ ਮਾਰਦੇ ਹਾਂ ਉਦੋਂ ਹੀ ਚਿੰਤਾ ਤੁਰ ਹੋ ਜਾਂਦੇ ਹਾਂ। ਠੀਕ ਹੈ, ਠੱਗੀ ਠੋਰੀ ਮਾਰ ਕੇ ਜੋੜ ਤੇ ਬਹੁਤ ਕੁਛ ਲਿਆ, ਪਰ ਕਿਸੇ ਨਾ ਕਿਸੇ ਕੋਨੇ ਦੇ ਵਿੱਚ ਖਟਕਾ ਤੋਖਲਾ ਜਿਉਂ ਦਾ ਤਿਉਂ ਬਣਿਆ ਹੀ ਰਹਿੰਦਾ ਕਿ ਠੱਗੀ ਠੋਰੀ ਜੇ ਕਿਸੇ ਦਿਨ ਮੇਰੇ ਰਿਸ਼ਤੇਦਾਰਾਂ ਦੇ, ਮੇਰੇ ਭੈਣ ਭਰਾਵਾਂ ਦੇ, ਦੋਸਤਾਂ ਮਿੱਤਰਾਂ ਦੇ ਸਾਹਮਣੇ ਆ ਗਈ ਤਾਂ ਮੇਰਾ ਬਣੇਗਾ ਕੀ? ਮਨੁੱਖ ਕਿਸੇ ਨਾ ਕਿਸੇ ਪ੍ਰਕਾਰ ਨਾਲ ਅੰਦਰੋਂ ਚਿੰਤਾ ਦੇ ਰੋਗ ਦੇ ਵਿੱਚ ਗ੍ਰਸਿਆ ਰਹਿੰਦਾ, ਉਸੇ ਚਿੰਤਾ ਦੇ ਵਿੱਚੋਂ, ਉਸੇ ਚਿੰਤਾ ਦੀ ਪੀੜ ਦੇ ਵਿੱਚੋਂ ਅਨੇਕਾਂ ਦੁੱਖ, ਅਨੇਕਾਂ ਰੋਗ ਉਪਜਦੇ ਨੇ। ਅਤੇ ਐਸੇ ਐਸੇ ਰੋਗ ਉਪਜਦੇ ਨੇ ਕਿ ਡਾਕਟਰ ਵੀ ਹੱਥ ਖੜ੍ਹੇ ਕਰ ਜਾਂਦੇ ਨੇ ਵੀ ਇਹਨਾਂ ਰੋਗਾਂ ਦਾ ਇਲਾਜ ਤਾਂ ਸਾਡੇ ਕੋਲ ਵੀ ਕੋਈ ਨਹੀਂ, ਸਾਡੇ ਕੋਲ ਵੀ ਇਹਦੀ ਕੋਈ ਦਵਾ ਦਾਰੂ ਕੋਈ ਨਹੀਂ, ਅਸੀਂ ਇਹਦਾ ਇਲਾਜ ਨਹੀਂ ਕਰ ਸਕਦੇ। ਐਸੇ ਰੋਗ ਅੰਦਰੋਂ ਉਤਪਦੇ ਨੇ, ਉਪਜਦੇ ਹਨ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਹਰ ਨਾਮੋ ਮੰਤਰ ਦ੍ਰਿੜਾਏਂਦਾ। ਸੱਚਾ ਸਤਿਗੁਰੂ ਹਰੀ ਦੇ ਹੁਕਮ ਨੂੰ ਮਨੁੱਖੀ ਮਨ ਨੂੰ ਦ੍ਰਿੜ ਕਰਵਾ ਦਿੰਦਾ ਹੈ, ਅਤੇ ਜਦੋਂ ਹੁਕਮ ਦ੍ਰਿੜ ਹੋ ਗਿਆ, ਪਤਾ ਲੱਗ ਗਿਆ ਕਿ ਕਿਹੜੇ ਪਾਸੇ ਤੁਰਨਾ, ਕਿਹੜੇ ਪਾਸੇ ਨਹੀਂ ਤੁਰਨਾ, ਫਿਰ ਹੁੰਦਾ ਕੀ ਹੈ, ਕੱਟੇ ਹੋਮੈ ਰੋਗ, ਫਿਰ ਅਹੰਕਾਰ ਦਾ ਰੋਗ ਕੱਟਿਆ ਜਾਂਦਾ, ਫਿਰ ਮਨ ਮਰਜ਼ੀ ਨਹੀਂ ਚੱਲਦੀ ਕਿ ਮੈਂ ਇੱਧਰ ਹੀ ਜਾਣਾ, ਮੈਂ ਇੱਧਰੋਂ ਹੀ ਕਰਨਾ, ਨਹੀਂ, ਫਿਰ ਮਨ ਮਰਜ਼ੀ ਨਹੀਂ ਚੱਲਦੀ, ਫਿਰ ਮਨੁੱਖੀ ਮਨ ਹੁਕਮ ਦੇ ਵਿੱਚ ਚੱਲਦਾ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਨਾਨਕ ਸਤਿਗੁਰ ਤਿਨਾ ਮਿਲਾਇਆ। ਸਤਿਗੁਰੂ ਉਹਨਾਂ ਮਨੁੱਖੀ ਮਨਾਂ ਨੂੰ, ਉਹਨਾਂ ਜੀਵਾਂ ਨੂੰ ਅਕਾਲ ਪੁਰਖ ਪਰਮੇਸ਼ਰ ਦੇ ਵਿੱਚ ਅਭੇਦ ਕਰ ਦਿੰਦਾ, ਉਹਨਾਂ ਨੂੰ ਮਿਲਾ ਦਿੰਦਾ। ਜਿਨ੍ਹਾਂ ਧੁਰੇ ਪਿਆ ਸੰਜੋਗ, ਜਿਹੜੇ ਵਰਤਮਾਨ ਦੇ ਵਿੱਚ ਸੱਚ ਵਾਲੇ ਬੰਨੇ ਚੱਲਣ ਦਾ ਉਪਰਾਲਾ ਕਰਦੇ ਨੇ, ਯਤਨ ਕਰਦੇ ਨੇ, ਉੱਦਮ ਕਰਦੇ ਨੇ, ਉਹਨਾਂ ਦਾ ਸੰਜੋਗ ਹੋਣਾ ਪੱਕਾ ਹੈ, ਨੀਅਤ ਹੈ, ਯਕੀਨਨ ਹੈ, ਉੱਥੇ ਕੋਈ ਵੀ ਸ਼ੰਕਾ ਨਹੀਂ ਹੈ, ਉੱਥੇ ਕੋਈ ਵੀ ਮਤਭੇਦ ਨਹੀਂ ਹੈ। ਬੱਚੇ ਨੇ ਅੱਜ ਪੜ੍ਹਨਾ ਸ਼ੁਰੂ ਕੀਤਾ, ਬੜੀ ਲਗਨ ਨਾਲ ਪੜ੍ਹ ਰਿਹਾ, ਬੜੀ ਮਿਹਨਤ ਨਾਲ ਪੜ੍ਹ ਰਿਹਾ, ਬੜੀ ਸ਼ਿੱਦਤ ਨਾਲ ਪੜ੍ਹ ਰਿਹਾ, ਬੜੀ ਇਕਾਗਰਤਾ ਦੇ ਨਾਲ ਪੜ੍ਹ ਰਿਹਾ, ਅਤੇ ਯਕੀਨਨ ਹੈ ਕਿ ਉਹਨੇ ਸਮਾਂ ਪਾ ਕੇ ਕਿਸੇ ਨਾ ਕਿਸੇ ਮੁਕਾਮ ਤੱਕ ਅੱਪੜ ਹੀ ਜਾਣਾ। ਟੀਚਰ ਬੋਲ ਰਿਹਾ ਹੈ, ਵਿਦਿਆਰਥੀ ਬੜੇ ਧਿਆਨ ਨਾਲ ਗੱਲ ਸੁਣ ਰਹੇ ਨੇ, ਅਤੇ ਪੱਕੀ ਗੱਲ ਹੈ ਅੱਧੇ ਘੰਟੇ ਬਾਅਦ ਉਹਨਾਂ ਨੂੰ ਕੋਈ ਨਾ ਕੋਈ ਗੱਲ ਪੱਲੇ ਪੈ ਹੀ ਜਾਣੀ, ਉਹਨਾਂ ਦੇ ਖਾਨੇ ਪੈ ਹੀ ਜਾਣੀ, ਕਿਉਂਕਿ ਧਿਆਨ ਦੇ ਕੇ ਸੁਣ ਰਹੇ ਨੇ। ਜਿਹੜੇ ਇੱਧਰ ਉੱਧਰ ਆਪਣੀਆਂ ਖੇਡਾਂ ਵਿੱਚ ਲੱਗੇ ਹੋਏ, ਆਪਣੀਆਂ ਗੱਲਾਂ ਵਿੱਚ ਗਵਾਚੇ ਨੇ, ਕਿਧਰੇ ਆਪਣੇ ਮਨ ਦੀਆਂ ਮੌਜਾਂ ਦੇ ਵਿੱਚ ਭਰਮ ਕੇ, ਭਟਕ ਕੇ ਕਿਧਰੇ ਹੋਰ ਚਲੇ ਗਏ ਨੇ, ਉਡਾਰੀਆਂ ਲਾ ਰਹੇ ਨੇ, ਉਹਨਾਂ ਨੂੰ ਕੀ ਪੱਲੇ ਪੈਣਾ ਅਤੇ ਉਹਨਾਂ ਨੂੰ ਕੀ ਸਮਝ ਆਉਣੀ ਹੈ ਅਤੇ ਕਿੱਧਰ ਉਹਨਾਂ ਨੇ ਤੁਰਨਾ, ਭਾਵ ਕਿ ਨਹੀਂ ਤੁਰ ਸਕਦੇ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਨਾਨਕ ਸਤਿਗੁਰ ਤਿਨਾ ਮਿਲਾਇਆ, ਜਿਨ੍ਹਾਂ ਧੁਰੇ ਪਿਆ ਸੰਜੋਗ, ਜਿਨ੍ਹਾਂ ਨੇ ਵਰਤਮਾਨ ਦੇ ਵਿੱਚ ਮਿਹਨਤ ਕਰਨ ਦਾ ਉਪਰਾਲਾ ਕੀਤਾ ਹੈ, ਸੱਚੇ ਪਾਸੇ ਆਪਣੇ ਆਪ ਨੂੰ ਲਾਉਣ ਦਾ ਯਤਨ ਕੀਤਾ, ਅਸਲ ਵਿੱਚ ਉਹਨਾਂ ਦਾ ਜੀਵਨ ਹੀ ਮਹਾਨ ਬਣਿਆ। ਧੰਨ ਗੁਰੂ ਅਮਰਦਾਸ ਜੀ ਮਹਾਰਾਜ, ਉਹਨਾਂ ਦਾ ਜਦੋਂ ਅਸੀਂ ਜੀਵਨ ਪੜ੍ਹਦੇ ਹਾਂ, ਬੜਾ ਕਮਾਲ ਦਾ ਜੀਵਨ ਹੈ।
लगभग 20-21 साल उन्होंने किवें गंगा की यात्रा की है, किवें सन्यासियां तपस्विया ब्रह्मचारियों की सेवा की है, तो उन्होंने हुक्म नूं किवें सत करके मने, तो अपना जीवन किवें कर्मकांडा के अधीन उन्होंने लंघाया है। क्योंकि ये गल मैं नहीं, वो आप खुद बाणी के आख रहे हैं भी अज तक गुरु नूं मिलन तो पहला मैं जिन्हें भी काम किए ने धर्म के नाम के उत्ते एवें पानी च मधाणी सी, कर्मकांड सी, जिन्हां करके मैं रब के नेड़े नहीं हो पाया, वो संतुष्टि, वो सबर, वो संतोख, वो टका जिहड़ा अज मिले सतगुरु की शरण में आके आनंद पाया मेरी माए सतगुरु मैं पाया। सारे पढ़ो जी, आनंद पाया मेरी माए, आनंद पाया मेरी माए, सारे पढ़ो जी, आनंद पाया मेरी माए, सतगुरु मैं पाया, सतगुरु मैं पाया, सतगुरु मैं पाया, सतगुरु मैं पाया, सतगुरु पाया है, सतगुरु मैं पाया है। गुरु अमरदास जी महाराज खुद आख रहे कि मैं वो सतगुरु नूं पा लिया, प्राप्ति की है उस सतगुरु की, उस सतगुरु नाल मैं अपनी अंदरों अटैचमेंट बनाई है। किहड़े सतगुरु की? जिहड़ा सतगुरु गुरु नानक पातशाह जी का है, जिहड़ा सतगुरु भगत कबीर जी का है, जिहड़ा सतगुरु भगत रामानंद जी का है। उस सतगुरु के नाल मैं अपनी अंदरों अटैचमेंट बनाई है, सांझ बनाई है, तो मेरा जीवन अज महान बनया। जदों गुरु अंगद पातशाह जी महाराज जी की शरण के आते हैं, क्योंकि बाणी सुनी, बचन सुनने सुने, करनी कागद मन मसवाणी, बुरा भला दोए लेख पाए, करनी कागद मन मसवाणी, बुरा भला दोए लेख पाए। समझ पै गई सच दी, पुछया धीए की पढ़ती है, दस दिता, सारी गल समझा दिती, गुरबाणी के अर्थ करके समझा दिते, गल पले पै गई। गुरु अंगद साहब जी महाराज जी की शरण में चले गए ने, गुरु के बचनों सत सत करके मने, 63 श्लोक गुरु अंगद पातशाह जी ने उच्चारण किए ने, उन्होंने पढ़िया, उन्होंने विचारिया, उन्होंने समझिया, दूजियां नाल शेयर किया, जिहड़ियां संगतां उत्थे आउंदियां ने उन्हां नाल शेयर करदे ने, उन्होंने प्रचारदे ने। क्योंकि गुरु अमरदास जी महाराज उन्होंने दिमाग दे विच, उन्होंने अंदर ये गल चल रही है, घर घर गई है कि जे मेरा जीवन प्रचार दे राही बदलिया तो दूजियां दा जीवन भी प्रचार दे राही ही बदलिया जा सकता है। जदों गुरता गद्दी ते सुशोभित होए ने सतगुरु, गुरु अमरदास जी महाराज जी की उम्र कितनी है, 62 साल तो उपर चली गई, 72 साल तक सतगुरु जी ने जिहड़ी है ये गुरता गद्दी की जिहड़ी भारी जिम्मेवारी है उन्हों निभाया है। तो सतगुरु गुरु अमरदास जी महाराज जानते ने कि शरीर बजुर्ग है, जिमें जगत गुरु गुरु नानक पातशाह जी महाराज ने चढ़ती जवानी दे विच पूरी कुल कायनात का चक्कर लाया कटिया, ठीक उस ढंग नाल ते मैं नहीं कट सकता, पर अकाल पुरख परमेश्वर ने मैनू दिमाग ते दिता ही है, उस दिमाग की वरतों करते हैं, ज्ञान गुरु की कृपा दे सदका धन गुरु अमरदास जी महाराज जी ने बजुर्गी दे विच जाके, जिहड़े अज आखदे ने भी अज ते अखां नहीं कम करदियां, कन्न नहीं कम करदे, गोडे नहीं कम करदे, लत्तां नहीं चलदियां, लक दे विच दर्द है, कई प्रकार के एक्सक्यूज असीं दिंदे हां, बाबा अमरदास जी भी दे सकदे सी पर नहीं उन्होंने दिते। उन्होंने की किया जी, इन्नी बजुर्गी की उम्र के जाके 22 मंजियां ते 52 पीढ़े स्थापित किए, आखो सतनाम श्री वाहिगुरु, खाला जी का वाड़ा नहीं, 22 मंजियां ते 52 पीढ़े, मतलब कि प्रचारक नियत किए कि घर घर गुरु नानक की बाणी गूंजे, पता लगे भाई गुरदास जी दे बोल, घर घर अंदर धर्मशाल होवे कीर्तन सदा विसोआ, जो गुरु नानक जी का सुपना है, जो गुरु नानक जी का लक्ष्य है, जो गुरु नानक जी का टीचा है, उस टीचे नूं अगे वधा रहे ने धन गुरु अमरदास जी महाराज। सती प्रथा बंद करवाउंदे ने, अकबर बादशाह दे नाल संबंध ने, चंगे संबंध ने, वधिया संबंध ने, प्यारे संबंध ने, अकबर बादशाह नूं आके सती प्रथा बंद करवा रहे ने। सती प्रथा की है? बंदा चढ़ाई कर गया, घरवाली नूं चुक के उहदी चिखा दे विच नाल साड़िया जा रहा है, एक ढोल उत्थे वजाया जांदा जिथे चिखा बल रही है, दूजा ढोल उत्थे वजाया जांदा जिथे लोग खड़े होकर तमाशा देख रहे हैं। ढोल वजाउण दा कारण सिर्फ यही है कि जिहड़ी सती, जिहड़ी वो इस्त्री अपने पति नाल चिखा विच सड़ रही है, किधरे उहदियां चीकां दी आवाज़
ਇਹਨਾਂ ਲੋਕਾਂ ਦੇ ਕੰਨਾਂ ਵਿੱਚ ਨਾ ਪੈ ਜਾਏ, ਮਤਾ ਇਹਨਾਂ ਦੇ ਵਿੱਚੋਂ ਬਗਾਵਤ ਦੀ ਮੁਸ਼ਕ ਉੱਠਣੀ ਸ਼ੁਰੂ ਹੋ ਜਾਏ। ਦੂਜੇ ਪਾਸੇ ਉਹਨਾਂ ਲੋਕਾਂ ਦੇ ਵਿੱਚ ਢੋਲ ਵੱਜ ਰਿਹਾ ਕਿ ਕਿਧਰੇ ਇਹਨਾਂ ਨੂੰ ਉਸ ਸੜ ਰਹੀ ਜਿਹੜੀ ਔਰਤ ਹੈ ਉਹਦੀ ਆਵਾਜ਼ ਨਾ ਪੱਲੇ ਪਵੇ, ਉੱਥੇ ਨੱਚਣਾ ਉਹ ਸ਼ੁਰੂ ਕਰ ਦੇਣ, ਨਾਚ ਗਾਣ ਹੋਣਾ ਸ਼ੁਰੂ ਹੋ ਗਿਆ। ਇਸ ਤਰ੍ਹਾਂ ਦੀ ਜਿਹੜੀ ਇੱਕ ਪ੍ਰਥਾ ਸਮਾਜ ਦੇ ਵਿੱਚ ਚੱਲ ਰਹੀ ਸੀ, ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਇਹ ਪ੍ਰਥਾ ਬੰਦ ਕਰਵਾਈ, ਇਹ ਪ੍ਰਥਾ ਬੰਦ ਕਰਵਾਈ। ਗੁਰੂ ਅਮਰਦਾਸ ਜੀ ਮਹਾਰਾਜ ਜੀ ਦਾ ਯੋਗਦਾਨ ਹੈ। ਸਤਿਗੁਰੂ ਜੀ ਨੇ ਦੇਖਿਆ ਵੀ ਸਮਾਜ ਦੇ ਵਿੱਚ ਜਿਹੜੇ ਭਾਰਤ ਦੇ ਮੂਲ ਨਿਵਾਸੀ ਨੇ ਉਹਨਾਂ ਨੂੰ ਪਾਣੀ ਨਹੀਂ ਵਰਤਣ ਦਿੱਤਾ ਜਾ ਰਿਹਾ, ਉਹਨਾਂ ਦਾ ਪਾਣੀ ਖੋਹ ਲਿਆ ਅਤੇ ਉਹਨਾਂ ਦੇ ਵੱਖਰੇ ਅਸਥਾਨ ਬਣਾ ਦਿੱਤੇ ਨੇ, ਸ਼ਹਿਰਾਂ 'ਚੋਂ ਪਿੰਡਾਂ 'ਚੋਂ ਵੱਖਰੇ ਉਹਨਾਂ ਦੇ ਘਰ ਕਰ ਦਿੱਤੇ ਨੇ। ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਬੌਲੀਆਂ ਸਥਾਪਿਤ ਕੀਤੀਆਂ ਵੀ ਲੋਕ ਇੱਥੇ ਪਾਣੀ ਦੀ ਵਰਤੋਂ ਕਰਨ, ਇਕੱਠੇ ਹੋਣ, ਇੱਥੇ ਆ ਕੇ ਪਾਣੀ ਵਰਤਣ, ਜਾਤ ਪਾਤ ਊਚ ਨੀਚ ਦਾ ਭੇਦਭਾਵ ਇਹਨਾਂ ਦੇ ਵਿੱਚੋਂ ਖਤਮ ਹੋਵੇ। ਉਹਨਾਂ ਨੇ ਸਮਾਜ ਦੇ ਵਿੱਚ ਦੇਖਿਆ ਵੀ ਮੁਸ਼ਕਲਾਂ ਕੀ ਨੇ, ਮੁਸ਼ਕਲਾਂ ਦੇ ਉੱਤੇ ਕੰਮ ਕੀਤਾ ਹੈ, ਮੁਸ਼ਕਲਾਂ ਨੂੰ ਹੱਲ ਕਰਨ ਦਾ ਯਤਨ ਕੀਤਾ ਹੈ। ਇਹ ਸਾਡੇ ਰਹਿਬਰਾਂ ਦੀ ਸਭ ਤੋਂ ਵੱਡੇ ਜਿਹੜੇ ਕਾਰਜ ਸੀ, ਸਭ ਤੋਂ ਵੱਡੇ ਕੰਮ ਸੀ, ਜਿਹਨਾਂ ਕਰਕੇ ਉਹ ਸਾਡੇ ਦਿਲਾਂ ਦੀਆਂ ਅਤੇ ਸਮਾਜ ਦੇ ਲੋਕਾਂ ਦੀਆਂ ਦਿਲਾਂ ਦੀਆਂ ਧੜਕਣਾਂ ਬਣ ਗਏ। ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਇੰਨੀ ਬਜ਼ੁਰਗੀ ਦੇ ਵਿੱਚ ਪੰਗਤ ਪ੍ਰਥਾ ਨੂੰ ਪੱਕੇ ਪੈਰੀ ਕੀਤਾ। ਪੰਗਤ ਪ੍ਰਥਾ ਭਾਵ ਕੇ ਬਰਾਬਰ ਬੈਠ ਕੇ ਛਕਣ, ਚਾਹੇ ਉਹ ਥੱਲੇ ਬੈਠ ਕੇ ਛੱਕ ਰਹੇ ਨੇ, ਅਤੇ ਕਈ ਥਾਵਾਂ 'ਤੇ ਮੈਂ ਦੇਖਿਆ ਵੀ ਉਹ ਉੱਪਰ ਜਿਹੜੇ ਬੈਂਚ ਨੇ ਉੱਥੇ ਬੈਠ ਕੇ ਛੱਕ ਰਹੇ ਨੇ। ਗੱਲ ਉੱਪਰ ਬੈਠਣ ਜਾਂ ਥੱਲੇ ਬਹਿਣ ਦੀ ਨਹੀਂ, ਗੱਲ ਹੈ ਬਰਾਬਰਤਾ ਦੀ, ਗੱਲ ਹੈ ਬਰਾਬਰੀ ਦੀ, ਗੱਲ ਹੈ ਇੱਕ ਦੂਜੇ ਨੂੰ ਮਾਣ ਸਨਮਾਨ ਦੇਣ ਦੀ, ਇੱਜ਼ਤ ਦੇਣ ਦੀ, ਆਦਰ ਦੇਣ ਦੀ, ਸਤਿਕਾਰ ਦੇਣ ਦੀ, ਜੋ ਗੁਰੂ ਅਮਰਦਾਸ ਜੀ ਮਹਾਰਾਜ ਦੇਣਾ ਚਾਹੁੰਦੇ ਹਨ ਅਤੇ ਦੇ ਰਹੇ ਨੇ। ਕਦੇ ਉਹ ਸਮਾਂ ਸੀ ਜਦੋਂ ਅਕਬਰ ਬਾਦਸ਼ਾਹ ਆਇਆ ਅਤੇ ਗੁਰੂ ਅਮਰਦਾਸ ਜੀ ਮਹਾਰਾਜ ਆਖਦੇ ਨੇ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕੋ, ਅਤੇ ਕੋਈ ਅਕਬਰ ਬਾਦਸ਼ਾਹ ਦੇ ਅੰਦਰ ਵੀ ਅਹੰਕਾਰ ਨਹੀਂ, ਉਹ ਵੀ ਵੇਖੋ ਕਿਵੇਂ ਪੰਗਤ ਵਿੱਚ ਬੈਠਾ ਹੋਏਗਾ। ਜਰਾ ਸੋਚ ਕੇ ਵੇਖੋ, ਅੱਜ ਤੋਂ ਲਗਭਗ 400-450 ਸਾਲ ਪਹਿਲਾਂ ਦੀ ਇਹ ਗੱਲ, ਜਦੋਂ ਬਿਲਕੁਲ ਜਾਤ ਪਾਤ ਸਮਾਜ ਦੇ ਵਿੱਚ ਹਾਵੀ ਸੀ, ਬੋਲ ਬਾਲਾ ਸੀ, ਉਦੋਂ ਅਕਬਰ ਬਾਦਸ਼ਾਹ ਇੱਕ ਬਾਦਸ਼ਾਹ ਬੈਠਾ ਹੋਵੇ ਅਤੇ ਨਾਲ ਉਹਦੇ ਇੱਕ ਆਮ ਨਿੱਕਾ ਮੋਟਾ ਕੰਮ ਕਰਨ ਵਾਲਾ ਬੈਠਾ ਪ੍ਰਸ਼ਾਦਾ ਛੱਕ ਰਿਹਾ ਹੋਵੇ, ਤਾਂ ਉਹਨੂੰ ਵੇਖ ਵੇਖ ਕੇ ਹੈਰਾਨੀ ਨਹੀਂ ਹੋਈ ਹੋਏਗੀ ਵੀ ਇਹ ਬਾਦਸ਼ਾਹ ਮੇਰੇ ਨਾਲ ਬੈਠਾ ਹੋਇਆ। ਕਿੰਨੀ ਹੈਰਾਨੀ ਵਾਲੀ ਗੱਲ ਹੈ। ਇਹ ਜੋ ਦਾਤ ਦਿੱਤੀ ਕਿਹਨੇ ਦਿੱਤੀ ਹੈ ਜੀ? ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਦਿੱਤੀ ਹੈ, ਉਸ ਗਿਆਨ ਗੁਰੂ ਦੀ ਕਿਰਪਾ ਦੇ ਸਦਕਾ ਦਿੱਤੀ ਹੈ। ਇੰਨਾ ਅੰਦਰ ਬਲ ਹੈ, ਹਿੰਮਤ ਹੈ, ਇੰਨੀ ਸਮਝ ਹੈ ਉਹਨਾਂ ਦੇ ਕੋਲ, ਜੋ ਸਮਾਜ ਦੇ ਵਿੱਚ ਉਹ ਲਿਆ ਰਹੇ ਨੇ, ਲੋਕਾਂ ਨੂੰ ਦੇ ਰਹੇ ਨੇ। ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਆਪਣੇ ਜੀਵਨ ਦੇ ਵਿੱਚ ਹੋਰ ਵੀ ਜਿਹੜੇ ਨੇ ਬੇਅੰਤ ਕੰਮ ਕੀਤੇ। ਇਸ ਤੋਂ ਬਾਅਦ ਉਹਨਾਂ ਨੇ ਜਿਹੜਾ ਗੁਰਤਾ ਗੱਦੀ ਹੈ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੂੰ ਦਿੱਤੀ ਹੈ। ਗੁਰੂ ਰਾਮਦਾਸ ਜੀ ਮਹਾਰਾਜ ਜੀ ਦਾ ਬਚਪਨ ਦਾ ਨਾਮ ਭਾਈ ਜੇਠਾ ਹੈ ਅਤੇ ਆਪਾਂ ਸਾਰੇ ਜਾਣਦੇ ਹਾਂ ਮਾਤਾ ਪਿਤਾ ਦਾ ਸਾਇਆ ਸਿਰ ਤੋਂ ਉੱਠ ਗਿਆ। ਹੁਣ ਜਿਹਦੇ ਸਿਰ ਤੋਂ ਮਾਤਾ ਪਿਤਾ ਦਾ ਸਾਇਆ ਉੱਠ ਜਾਏ ਨਾ, ਉਹ ਬੱਚਾ ਆਪ ਹੀ ਜਾਣਦਾ ਵੀ ਉਹਦਾ ਕੀ ਜੀਵਨ ਬਣਦਾ। ਜਿਵੇਂ ਮਾਂ ਨੇ ਪਾਲ ਲੈਣਾ, ਜਿਵੇਂ ਮਾਂ ਨੇ ਮਖੌਲ ਕਰ ਲੈਣਾ, ਜਿਵੇਂ ਮਾਂ ਨੇ ਝਿੜਕ ਮਾਰ ਲੈਣੀ ਹੈ ਅਤੇ ਮਾਂ ਨੇ ਮੁੜ ਕੇ ਪਿਆਰ ਕਰ ਲੈਣਾ, ਗਲਵੱਕੜੀ ਵਿੱਚ ਲੈ ਕੇ ਮੱਥਾ ਚੁੰਮਣਾ, ਗਲਵੱਕੜੀ 'ਚ ਲੈਣਾ, ਪਿਆਰ ਕਰਨਾ, ਉਹੋ ਜਿਹਾ ਪਿਆਰ ਕੌਣ ਦੇ ਸਕਦਾ ਜੀ? ਕੋਈ ਵੀ ਨਹੀਂ ਦੇ ਸਕਦਾ। ਮਾਂ ਦੀ ਨਿੱਘੀ ਗੋਦ ਕੌਣ ਦੇ ਸਕਦਾ? ਕੋਈ ਨਹੀਂ ਦੇ ਸਕਦਾ। ਪਿਤਾ ਵਰਗਾ ਪਿਆਰ, ਪਿਤਾ ਵਰਗੀ ਮਿਹਨਤ, ਦਿਨ ਰਾਤ ਮਿਹਨਤ ਕਰਕੇ ਆਪਣੇ ਬੱਚੇ ਨੂੰ ਪੜ੍ਹਾਉਣਾ ਲਿਖਾਉਣਾ, ਕਿਸੇ ਟੀਚੇ ਤੱਕ ਪੜਾਉਣਾ, ਇਹ ਜੋ ਦਰਦ ਲੈ ਕੇ ਆਪਣੇ ਦਿਮਾਗ ਦੇ ਵਿੱਚ ਇੱਕ ਪਿਤਾ ਚੱਲ ਰਿਹਾ, ਕੌਣ ਕਰ ਸਕਦਾ ਜੀ ਦੂਜਾ? ਕੋਈ ਨਹੀਂ ਕਰ ਸਕਦਾ। ਭਾਈ ਜੇਠਾ ਜੀ ਦੇ ਬਚਪਨ ਦੇ ਵਿੱਚ ਹੀ ਮਾਤਾ ਪਿਤਾ ਚੜ੍ਹਾਈ ਕਰ ਗਏ, ਨਾਨੀ ਕੋਲ ਚਲੇ ਗਏ ਨੇ ਬਾਸਰ ਕੇ, ਅਤੇ ਉੱਥੇ ਜਾ ਕੇ ਨਾਨੀ 'ਤੇ ਬੋਝ ਨਹੀਂ ਬਣੇ, ਜਿਹੜੀ ਸਿੱਖਿਆ ਲੈਣ ਵਾਲੀ ਗੱਲ, ਬੋਝ ਨਹੀਂ ਬਣੇ। ਨਾਨੀ ਘੁੰਗਣੀਆਂ ਬਣਾਉਂਦੀ ਹੈ, ਭਾਈ ਜੇਠਾ ਜੀ ਵੇਚਣ ਜਾਂਦੇ ਨੇ। ਇਹ ਹੈ ਕਿਰਤ। ਨਿੱਕੀ ਉਮਰੇ ਹੀ ਉਹ ਸਿਧਾਂਤ ਨੂੰ ਆਪਣੇ ਜੀਵਨ ਦਾ ਅੰਗ ਬਣਾ ਰਹੇ ਨੇ, ਜਿਹੜੇ ਸਿਧਾਂਤ ਦੀ ਗੱਲ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਕਰ ਰਹੀ ਹੈ। ਘਾਲ ਖਾਏ ਕਿਸ ਹੱਥੋਂ ਦੇ, ਨਾਨਕ ਰਾਹ ਪਛਾਣਿਆ ਸੇ। ਅਸਲ ਵਿੱਚ ਸੱਚ ਦਾ ਰਾਹ ਪਛਾਣਿਆ ਹੀ ਉਹਨਾਂ ਪੁਰਖਾਂ ਨੇ ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਹੱਕ ਦੀ ਕਿਰਤ ਕੀਤੀ ਹੈ ਅਤੇ ਲੋੜਵੰਦਾਂ ਦੀ ਮਦਦ ਕੀਤੀ ਹੈ। ਜਿੱਥੇ ਹੱਕ ਦੀ ਕਿਰਤ ਕਰਦੇ ਨੇ, ਘੁੰਗਣੀਆਂ ਵੇਚਦੇ ਨੇ, ਸਾਰਾ ਸਾਰਾ ਦਿਨ ਦਿਹਾੜੀ ਲੰਘ ਜਾਂਦੀ ਹੈ, ਉੱਥੇ ਹੀ ਗਰੀਬਾਂ ਦੀ ਅਤੇ ਲੋੜਵੰਦਾਂ ਦੀ ਮਦਦ ਵੀ ਭਾਈ ਜੇਠਾ ਜੀ ਕਰਦੇ ਨੇ। ਉਹ ਸਿਧਾਂਤ ਨੂੰ ਇਹਨਾਂ ਬਿਨ ਨਿਭਾ ਰਹੇ ਨੇ। ਪਰ ਜੇ ਅਸੀਂ ਅੱਜ ਸਮਾਜ ਦੇ ਵੇਖੀਏ, ਅਤੇ ਭਾਈ ਸਾਹਿਬ ਜੀ ਨਾਲ ਹੀ ਗੱਲ ਕਰਦਾ ਆ ਰਿਹਾ, ਸਮਾਜ ਦੇ ਵਿੱਚ ਵੇਖੀਏ ਅਤੇ ਕਿਵੇਂ ਚੰਗੇ ਭਲੇ ਹੱਥ ਮਨੁੱਖ ਦੇ ਕੋਲ ਹੈਗੇ ਨੇ, ਪਰ ਫਿਰ ਵੀ ਕੁਛੜੇ ਬੱਚੇ ਚੱਕੇ ਹੋਏ ਨੇ, ਅਤੇ ਥਾਂ ਥਾਂ 'ਤੇ ਕਿਧਰੇ ਮਾਈਆਂ, ਕਿਧਰੇ ਬੀਬੀਆਂ, ਅਤੇ ਕਿਧਰੇ ਬੰਦੇ ਮੰਗਣ ਤੁਰੇ ਹੋਏ, ਭੀਖ ਮੰਗ ਕੇ ਖਾ ਰਹੇ ਨੇ, ਅਤੇ ਦੂਜੇ ਪਾਸੇ ਭਾਈ ਜੇਠਾ ਜੀ ਜਿਹੜੇ ਹੱਕ ਦੀ ਕਿਰਤ ਕਰ ਰਹੇ ਨੇ। ਸਮਾਜ ਦੇ ਵਿੱਚ ਐਸੇ ਵੀ ਲੋਕ ਨੇ ਜਿਹੜੇ ਅਪਾਹਜ ਨੇ, ਜਿਨ੍ਹਾਂ ਦੇ ਹੱਥ ਪੈਰ ਵੀ ਟੁੱਟੇ ਹੋਏ ਨੇ, ਪਰ ਫਿਰ ਵੀ ਉਹਨਾਂ ਨੇ ਨਿੱਕਾ ਮੋਟਾ ਕੰਮ ਜਿਹੜਾ
ਉਹਨਾਂ ਨੇ ਕੀਤਾ ਹੋਇਆ, ਨਿੱਕਾ ਮੋਟਾ ਕੰਮ ਕਰ ਰਹੇ ਨੇ, ਕੋਈ ਟੋਫੀਆਂ ਵੇਚ ਰਿਹਾ, ਕੋਈ ਪਾਪੜ ਵੇਚ ਰਿਹਾ, ਹੱਥ ਪੈਰ ਟੁੱਟੇ ਨੇ, ਅਪਾਹਜ ਹੈ ਪਰ ਫਿਰ ਵੀ ਬੈਠਾ ਵੇਚ ਰਿਹਾ। ਮੈਂ ਕਹਿੰਦਾ ਉਹਦੇ ਕੋਲੋਂ ਕੋਈ ਚੀਜ਼ ਲੈ ਕੇ ਖਾ ਲਓ, ਕੋਈ ਉਹਦੇ ਰੁਪਏ ਬਣ ਜਾਣ, ਪੈਸੇ ਬਣ ਜਾਣ ਅਤੇ ਆਪਣਾ ਗੁਜ਼ਾਰਾ ਕਰ ਲਏ, ਪਰ ਜਿਹੜੇ ਵਿਹਲੇ ਹੀ ਤੁਰੇ ਫਿਰਦੇ ਨੇ, ਹੱਥ ਪੈਰ ਸਹੀ ਸਲਾਮਤ ਨੇ, ਬੱਚੇ ਚੁੱਕੇ ਹੋਏ ਨੇ, ਗੁਰਦੁਆਰਿਆਂ ਦੇ ਆਲੇ ਦੁਆਲੇ ਤੁਰੇ ਫਿਰਦੇ, ਫਿਰ ਸਭ ਤੋਂ ਵੱਡੀ ਜਿਹੜੀ ਉਹ ਇਮੋਸ਼ਨਲ ਅਟੈਕ ਕਰਦੇ ਨੇ, ਜਿਹਦੀ ਗੱਲ ਅਸੀਂ ਭਾਈ ਸਾਹਿਬ ਨਾਲ ਕਰਦੇ ਆ ਰਹੇ ਸੀ, ਉਹ ਸਭ ਤੋਂ ਵੱਡਾ ਇਮੋਸ਼ਨਲ ਅਟੈਕ ਕੀ ਹੈ? ਜਿਹਦੇ ਕੋਲ ਬੱਚਾ ਵੇਖ ਲੈਣ ਉਹਨੂੰ ਫਿਰ ਅਸੀਸਾਂ ਦੇਣੀਆਂ ਸ਼ੁਰੂ ਕਰਦੇ ਨੇ, ਤੇਰਾ ਪੁੱਤ ਜੁਗ ਜੁਗ ਜੀਵੇ, ਰੰਗ ਮਾਣੇ, ਵੱਡੀਆਂ ਉਮਰਾਂ ਜੀਵੇ। ਇਹ ਤਾਂ ਪਤਾ ਨਹੀਂ ਕੀ ਕੁਝ ਅਸੀਸਾਂ ਜਦੋਂ ਦਿੰਦੇ ਨੇ ਤੇ ਬੰਦਾ ਤੇ ਜਿੱਥੇ ਪਿਘਲਦਾ ਹੀ ਹੈ ਕਠੋਰ ਤੋਂ ਕਠੋਰ ਮਨ, ਉੱਥੇ ਬੀਬੀਆਂ ਦੇ ਉੱਤੇ ਇਹ ਜਿਹੜੀ ਸਟੇਟਮੈਂਟ ਹੈ ਬੜਾ ਪ੍ਰਭਾਵਿਤ, ਬੜਾ ਉਹਨਾਂ ਨੂੰ ਪ੍ਰਭਾਵਿਤ ਕਰਦੀ ਹੈ ਤੇ ਉਹਦੇ ਮਨ ਦੇ ਅੰਦਰ ਇਹ ਚਿੰਤਾ ਚੱਲ ਰਹੀ ਹੁੰਦੀ ਹੈ। ਚਿੰਤਾ ਖੁਸ਼ੀ ਨਹੀਂ ਚੱਲ ਰਹੀ ਹੁੰਦੀ ਵੀ ਇਹ ਮੇਰੇ ਪੁੱਤਰ ਨੂੰ ਜਾਂ ਮੇਰੀ ਧੀ ਨੂੰ ਅਸੀਸ ਦੇ ਰਹੀ, ਬਲਕਿ ਚਿੰਤਾ ਚੱਲ ਰਹੀ ਹੁੰਦੀ ਹੈ ਜੇ ਮੈਂ ਇਹਨੂੰ ਕੋਈ ਰੁਪਏ ਨਾ ਦਿੱਤੇ ਤੇ ਹੋ ਸਕਦਾ ਇਹਨਾਂ ਅਸੀਸਾਂ ਦੇ ਉਲਟ ਕੰਮ ਨਾ ਕਿਧਰੇ ਹੋ ਜਾਏ। ਇਹ ਇੰਨਾ ਖਤਰਨਾਕ ਇਮੋਸ਼ਨਲ ਅਟੈਕ ਜਿਹੜਾ ਹੈ ਉਹਨਾਂ ਦੇ ਵੱਲੋਂ ਕੀਤਾ ਜਾਂਦਾ। ਸੋ ਮੈਂ ਇਹ ਸਮਝਦਾ ਜਿਹੜੇ ਸਾਡੇ ਭੈਣ ਭਰਾ ਜਿਹੜੇ ਪਛੜ ਚੁੱਕੇ ਨੇ ਪਰ ਕਿਰਤ ਕਰਦੇ ਨੇ, ਕਮਾਈ ਕਰਦੇ ਨੇ, ਮਿਹਨਤ ਕਰਦੇ ਨੇ, ਦਿਨ ਰਾਤ ਇੱਕ ਕਰਦੇ ਨੇ, ਉਹਨਾਂ ਨੂੰ ਲੋੜ ਪੈ ਗਈ ਹੈ ਤਾਂ ਉਹਨਾਂ ਦੀ ਅਸੀਂ ਮਦਦ ਕਰੀਏ, ਇਹ ਇੱਕ ਚੰਗੀ ਗੱਲ ਹੈ। ਪਰ ਜਿਹੜੇ ਵਿਹਲੇ ਹੀ ਤੁਰੇ ਫਿਰਦੇ ਨੇ ਮੇਰੇ ਵਰਗੇ, ਜਿਹੜੇ ਪਾ ਕੇ ਇੱਦਾਂ ਦਾ ਬਾਣਾ ਅਤੇ ਘਰ ਘਰ ਤੁਰੇ ਫਿਰਦੇ ਨੇ, ਲਿਆਓ ਜੀ ਕਾਰ ਸੇਵਾ ਕਰਨੀ ਹੈ, ਪੁਰਾਣੀਆਂ ਇਮਾਰਤਾਂ ਢਾਹ ਕੇ ਨਵੀਆਂ ਬਣਾਉਣੀਆਂ ਨੇ, ਕਿਧਰੇ ਤੁਹਾਡੇ ਬੱਚਿਆਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਤਾ ਨਾ ਲੱਗ ਜਾਏ ਕਿ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ ਜਿਸ ਚਮਕੌਰ ਦੀ ਗੜੀ ਵਿੱਚ ਲੜੇ ਸੀ ਉਹ ਗੜੀ ਕਿਹੋ ਜਿਹੀ ਸੀ, ਉਹ ਗੜੀ ਕਿੱਥੇ ਹੈ, ਕਿਧਰੇ ਇਹਨਾਂ ਨੂੰ ਦੇਸੀ ਨਾ ਜਾਵੇ, ਕਿਧਰੇ ਉਹ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਜਿਨ੍ਹਾਂ ਨੂੰ ਨੀਹਾਂ ਵਿੱਚ ਚਿਣਿਆ ਗਿਆ, ਕਿਧਰੇ ਇਹਨਾਂ ਦੇ ਸਾਹਮਣੇ ਉਹ ਨੀਹਾਂ ਨਾ ਮੁੜ ਕੇ ਆ ਜਾਣ, ਉਹਨਾਂ ਦਾ ਮਲੀਆਂ ਮੇਟ ਕਰਦੇ ਹੋ ਇੱਦਾਂ ਦੇ ਵੀ ਮੇਰੇ ਵਰਗੇ ਤੁਰੇ ਫਿਰਦੇ, ਉਹਨਾਂ ਤੋਂ ਵੀ ਸਾਵਧਾਨ ਹੋਣ ਦੀ ਲੋੜ ਹੈ। ਸੋ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਦੇ ਮੁਤਲਕ ਚੱਲਦੇ ਹਾਂ, ਸਾਡੇ ਗੁਰੂ ਸਾਹਿਬਾਨਾਂ ਨੇ, ਸਾਡੇ ਰਹਿਬਰਾਂ ਨੇ ਇਹ ਮੁੱਖ ਕੰਮ ਕੀਤੇ, ਇਹਨਾਂ ਤੋਂ ਸੇਧ ਲੈਣ ਦੀ ਸਾਨੂੰ ਲੋੜ ਹੈ। ਕੋਈ ਸਾਡੇ ਉੱਧਰ ਤੁਰਿਆ ਫਿਰਦਾ, ਹੱਥ 'ਚ ਡੋਲੂ ਫੜਿਆ, ਥੋੜ੍ਹਾ ਜਿਹਾ ਸਰੋਂ ਦਾ ਤੇਲ ਪਾਇਆ, ਵਿੱਚ ਲੋਹਿਆ ਰੱਖਿਆ ਅਤੇ ਤੁਰ ਪਿਆ ਜੀ, ਅੱਜ ਸ਼ਨੀਦੇਵ, ਅੱਜ ਸ਼ਨੀਵਾਰ, ਲਿਆਓ ਜੀ ਦਾਨ। ਸੋ ਸਤਿਗੁਰੂ ਦੀ ਬਾਣੀ ਸਾਨੂੰ ਇਹਨਾਂ ਪਖੰਡਾਂ ਤੋਂ ਉੱਪਰ ਉੱਠਣ ਦੀ ਗੱਲ ਕਰ ਰਹੇ ਨੇ ਕਿ ਮਖੱਟੂ ਹੋਏ ਕੈ ਕੰਨ ਪੜਾਏ, ਫਕਰ ਕਰੇ ਹੋਰ ਜਾਤ ਗਵਾਏ, ਗੁਰ ਪੀਰ ਸਦਾਏ ਮੰਗਣ ਜਾਏ, ਤਾਂ ਕਿ ਮੂਲ ਨਾ ਲੱਗੀਆਂ ਪਾਣੀ। ਭੁੱਲ ਕੇ ਵੀ ਐਸੇ ਮਨੁੱਖਾਂ ਦੇ ਚਰਨਾਂ ਵਿੱਚ ਨਾ ਢਹਿ ਪਿਓ, ਜੀਵਨ ਖੁਆਰ ਹੋ ਜਾਏਗਾ, ਟਾਈਮ ਵੇਸਟ ਹੋਏਗਾ, ਪੈਸੇ ਬਰਬਾਦ ਚਲੇ ਜਾਣਗੇ। ਸਤਿਗੁਰੂ ਜੀ ਇਹ ਸਮਝਾ ਰਹੇ ਨੇ ਬਾਣੀ ਦੇ ਵਿੱਚ, ਸਾਨੂੰ ਸਿੱਖਿਆ ਦੇ ਰਹੇ ਨੇ, ਉਪਦੇਸ਼ ਦੇ ਰਹੇ ਨੇ। ਦੂਜੇ ਉਹਨਾਂ ਦੇ ਜੀਵਨ ਦੀ ਮਹਾਨ ਗੱਲ ਜਿਹੜੀ ਹੈ, ਦੇਖੋ ਸਿਰ 'ਤੇ ਮਾਂ ਬਾਪ ਦਾ ਸਾਇਆ ਕੋਈ ਨਹੀਂ, ਚੰਗੀ ਨੌਕਰੀ ਉਹਨਾਂ ਦੇ ਕੋਲ ਕੋਈ ਨਹੀਂ, ਭਾਈ ਜੇਠਾ ਜੀ ਦੇ ਕੋਲ, ਧੰਨ ਗੁਰੂ ਰਾਮਦਾਸ ਜੀ ਦੇ ਕੋਲ ਕੋਈ ਚੰਗੀ ਨੌਕਰੀ ਨਹੀਂ, ਮਾਂ ਬਾਪ ਦਾ ਸਾਇਆ ਨਹੀਂ, ਕੋਈ ਆਲੇ ਦੁਆਲੇ ਰਿਸ਼ਤੇਦਾਰ ਉਹਨਾਂ ਨੂੰ ਪੁੱਛਣ ਗਿੱਛਣ ਵਾਲਾ ਨਹੀਂ, ਜਿਹੜੇ ਆਖਦੇ ਸੀ ਕੋਈ ਗੱਲ ਨਹੀਂ ਅਸੀਂ ਸਾਂਭ ਲਵਾਂਗੇ, ਅੱਜ ਮਾਪੇ ਚੜ੍ਹਾਈ ਕਰ ਗਏ ਨੇ ਅਤੇ ਕੌਣ ਕਿਹਨੂੰ ਪੁੱਛਦਾ, ਕੋਈ ਨਹੀਂ ਪੁੱਛਦਾ, ਸਾਰੇ ਹੀ ਮੁੱਖ ਫੇਰ ਗਏ ਅਤੇ ਅੱਜ ਉਹਨਾਂ ਨੂੰ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੀ ਧੀ ਦਾ ਰਿਸ਼ਤਾ ਆ ਰਿਹਾ। ਸੋਚੋ ਕਿੱਡੀ ਵੱਡੀ ਗੱਲ ਹੈ, ਗੁਰੂ ਅਮਰਦਾਸ ਜੀ ਮਹਾਰਾਜ ਆਪਣੀ ਧੀ ਦਾ ਰਿਸ਼ਤਾ ਕਿਹਦੇ ਨਾਲ ਕਰ ਰਹੇ ਨੇ ਜੀ? ਭਾਈ ਜੇਠਾ ਜੀ ਦੇ ਨਾਲ ਕਰ ਰਹੇ ਨੇ। ਕਿਉਂ ਕਰ ਰਹੇ ਨੇ? ਜਦੋਂ ਅਸੀਂ ਆਪਣੀਆਂ ਧੀਆਂ ਦੇ ਰਿਸ਼ਤੇ ਕਰਦੇ ਹਾਂ ਸਾਰਾ ਕੁਝ ਵੇਖਦੇ ਹਾਂ, ਉੱਥੇ ਕੁਛ ਵੀ ਨਹੀਂ ਵੇਖਿਆ ਜਾ ਰਿਹਾ। ਜਿਹੜੀਆਂ ਚੀਜ਼ਾਂ ਅਸੀਂ ਵੇਖਦੇ ਹਾਂ ਉਹ ਤਾਂ ਵੇਖੀਆਂ ਹੀ ਨਹੀਂ ਗੁਰੂ ਅਮਰਦਾਸ ਜੀ ਨੇ, ਜੋ ਅਸੀਂ ਨਹੀਂ ਵੇਖਦੇ ਉਹ ਵੇਖਿਆ। ਕੀ ਵੇਖਿਆ? ਵੀ ਇਹ ਜਿਹੜਾ ਇਮਾਨਦਾਰ ਵੜਾ, ਇਹਦੇ ਭਾਵੇਂ ਸਿਰ 'ਤੇ ਮਾਂ ਬਾਪ ਦਾ ਸਾਇਆ ਨਹੀਂ ਸੀ, ਪਰ ਇਹ ਗਲਤ ਕੰਮਾਂ ਦੇ ਵਿੱਚ ਨਹੀਂ ਪਿਆ, ਇਹ ਨਸ਼ੇ ਪੱਤਿਆਂ ਵਾਲੇ ਪਾਸੇ ਨਹੀਂ ਤੁਰਿਆ, ਇਹ ਕੈਪਸੂਲ 'ਤੇ ਗੋਲੀਆਂ ਖਾ ਕੇ ਕਿਧਰੇ ਸ਼ਰਾਬਾਂ ਪੀ ਕੇ ਨਾਲੀਆਂ ਵਿੱਚ ਮੁੱਖ ਨਹੀਂ ਡਬੋਈ ਬੈਠਾ, ਇਹ ਤਾਂ ਮਿਹਨਤ ਪਿਆ ਕਰਦਾ। ਫਿਰ ਕੀ ਹੋਇਆ? ਕੰਮ ਭਾਵੇਂ ਛੋਟੇ ਪੱਧਰ 'ਤੇ ਕਰ ਰਿਹਾ, ਘੁੰਗਣੀਆਂ ਹੀ ਵੇਚ ਰਿਹਾ, ਕੋਈ ਗੱਲ ਨਹੀਂ, ਮਿਹਨਤ 'ਤੇ ਕਰ ਰਿਹਾ, ਕਿਉਂਕਿ ਗੁਰੂ ਅਮਰਦਾਸ ਜੀ ਮਹਾਰਾਜ ਆਪ, ਜੇ ਅਸੀਂ ਇਤਿਹਾਸ ਪੜ੍ਹੀਏ ਤਾਂ ਕਾਹਦੀ ਹੱਡੀ ਲਾ ਕੇ ਬੈਠੇ ਨੇ ਜੀ? ਲੂਣ ਅਤੇ ਤੇਲ ਦੀ, ਲੂਣ ਅਤੇ ਤੇਲ ਵੇਚ ਰਹੇ ਨੇ ਕੌਣ? ਸਾਡੇ ਰਹਿਬਰ ਧੰਨ ਗੁਰੂ ਅਮਰਦਾਸ ਜੀ ਮਹਾਰਾਜ। ਗੁਰੂ ਅੰਗਦ ਪਾਤਸ਼ਾਹ ਜੀ ਮਹਾਰਾਜ ਕੀ ਕਰ ਰਹੇ ਨੇ? ਵਾਣ ਵੱਟ ਕੇ ਗੁਜ਼ਾਰਾ ਕਰ ਰਹੇ ਨੇ, ਗੁਰੂ ਨਾਨਕ ਜੀ ਖੇਤੀਬਾੜੀ ਕਰ ਰਹੇ ਨੇ, ਹੱਦ ਹੋਈ ਪਈ ਹੈ। ਜਿਹਨਾਂ ਕੰਮਾਂ ਨੂੰ ਅਸੀਂ ਆਖਦੇ ਹਾਂ ਕੋਈ ਕੰਮ ਨੇ, ਇਹ ਕੰਮ ਅਸੀਂ ਕਰਾਂਗੇ, ਸਾਡੇ ਰਿਸ਼ਤੇਦਾਰ ਕੀ ਆਖਣਗੇ, ਸੁਸਾਇਟੀ ਕੀ ਆਖੇਗੀ? ਅਸੀਂ ਤਾਂ ਉੱਧਰ ਚੇਤਨ ਨਹੀਂ ਧਰਦੇ, ਸਾਡੇ ਰਹਿਬਰ ਉਹ ਕੰਮ ਕਰ ਰਹੇ ਨੇ। ਭਗਤ ਰਵਿਦਾਸ ਜੀ ਨੂੰ ਵੇਖੋ ਕਿਵੇਂ ਜੁੱਤੀਆਂ ਗੰਢੀ ਜਾਂਦੇ, ਤਿਆਰ ਕਰੀ ਜਾਂਦੇ ਨੇ, ਲੋਕਾਂ ਦੇ ਪੈਰਾਂ 'ਚ ਪਵਾ ਰਹੇ ਨੇ ਜੁੱਤੀਆਂ ਗੰਢ ਗੰਢ ਕੇ। ਕਿਵੇਂ ਉਹ ਮਰੇ ਹੋਏ ਪਸ਼ੂਆਂ ਨੂੰ ਢੋ ਢੋ ਕੇ ਇੱਕ ਥਾਂ ਤੋਂ ਦੂਜੀ ਥਾਂ ਲਿਜਾਂਦੇ ਪਏ ਨੇ, ਉੱਥੇ ਹੀ ਆਪਣੇ 40 ਸ਼ਬਦ ਵੀ ਉਚਾਰਨ ਕਰ ਰਹੇ ਨੇ, 40 ਸ਼ਬਦ ਵੀ ਉੱਥੇ ਪੜ੍ਹਦੇ ਨੇ ਜਿੱਥੇ ਜੁੱਤੀਆਂ ਗੰਢਦੇ ਹੋਣਗੇ,
ਤਿਆਰ ਕਰਦੇ ਹੋਣਗੇ। ਜੇ ਕੋਈ ਗ੍ਰਾਹਕ ਆ ਕੇ ਬੈਠਾ ਉਹਨੂੰ ਖਾਲੀ ਜਾਣ ਦਿੰਦੇ ਹੋਣਗੇ? ਬਿਲਕੁਲ ਵੀ ਨਹੀਂ। ਕਿਧਰੇ ਖਾਲੀ ਨਾ ਚਲਾ ਜਾਏ, ਉਹਦੇ ਅੰਦਰ ਵੀ ਮੱਤ ਭਰ ਕੇ ਤੋਰਦੇ ਹੋਣਗੇ, ਸ਼ਬਦ ਦੇ ਵਿਚਾਰ ਉੱਥੇ ਵੀ ਸੁਣਾ ਦਿੰਦੇ ਹੋਣਗੇ। ਤਾਂ ਸਤਿਗੁਰੂ ਜੀ ਦਾ ਇਹ ਜਿਹੜਾ ਮਹਾਨ ਜੀਵਨ ਆਪਾਂ ਵੇਖ ਰਹੇ ਹਾਂ, ਜਿਵੇਂ ਜਿਵੇਂ ਅਸੀਂ ਗੁਰੂ ਸਾਹਿਬਾਨਾਂ ਦੇ ਇਤਿਹਾਸ ਨੂੰ ਪਰਖਣ ਦਾ ਯਤਨ ਕਰਦੇ ਹਾਂ, ਅੰਦਰ ਜਿਵੇਂ ਜਿਵੇਂ ਡੂੰਘੀਆਂ ਤਾਰੀਆਂ ਲਾਉਂਦੇ ਹਾਂ ਅਤੇ ਬੜਾ ਕੁਛ ਨਿਕਲ ਕੇ ਬਾਹਰ ਆਉਂਦਾ ਹੈ। ਤੀਜੀ ਜਿਹੜੀ ਗੱਲ ਹੈ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਜੀਵਨ ਦੀ, ਉਹ ਵੀ ਬੜੀ ਵਧੀਆ ਹੈ, ਬੜੀ ਚੰਗੀ ਹੈ, ਬੜੀ ਪਿਆਰੀ ਹੈ, ਮਨ ਨੂੰ ਪ੍ਰਭਾਵਿਤ ਕਰਨ ਵਾਲੀ ਹੈ। ਜਵਾਈ ਨੇ ਗੁਰੂ ਅਮਰਦਾਸ ਜੀ ਦੇ, ਪਰ ਜਵਾਈਆਂ ਵਾਲਾ ਕੰਮ ਨਹੀਂ ਕਰਿਆ ਉਹਨਾਂ ਨੇ, ਪੁੱਤਰਾਂ ਵਾਲੇ ਕੰਮ ਕੀਤੇ ਨੇ। ਜਵਾਈ ਬਣ ਕੇ ਅਹੰਕਾਰ ਦੇ ਵਿੱਚ ਮੱਤੇ ਜਾ ਕੇ ਕੋਈ ਉੱਥੇ ਜਾ ਕੇ ਫੋਕੀ, ਉੱਥੇ ਜਿਹੜੀ ਆਕੜ ਨਹੀਂ ਵਿਖਾਈ ਵੀ ਇੱਦਾਂ ਜਾ ਕੇ ਬਹਿ ਗਏ, ਬਸ ਜੀ ਲਿਆਓ ਜੀ ਪਾਣੀ, ਲਿਆਓ ਜੀ ਪ੍ਰਸ਼ਾਦਾ, ਬਾਕੜ ਕੇ ਬੈਠੇ ਹੋਏ ਨੇ। ਜੇ ਨਹੀਂ ਕਿਸੇ ਨੇ ਪੁੱਛਿਆ ਤਾਂ ਬਸ ਮੂੰਹ ਬਣਾ ਕੇ ਤੁਰ ਪਏ ਨੇ। ਇੱਦਾਂ ਦਾ ਹੀ ਹੈ ਨਾ ਜੀ ਸਾਡਾ ਜੀਵਨ, ਉਹਨਾਂ ਦਾ ਜੀਵਨ ਨਹੀਂ ਸੀ। ਪੁੱਤਰ ਬਣ ਕੇ ਉਹਨਾਂ ਨੇ ਜੀਵਨ ਬਤੀਤ ਕੀਤਾ, ਇਹਦੀ ਮਿਸਾਲ ਤੁਹਾਨੂੰ ਇਤਿਹਾਸ ਦੇ ਵਿੱਚੋਂ ਮਿਲੇਗੀ। ਕਿਵੇਂ ਉਹ ਸਿਰ ਦੇ ਉੱਤੇ ਬੱਠਲ ਚੁੱਕ ਚੁੱਕ ਕੇ ਕਿਵੇਂ ਸੇਵਾ ਕਰ ਰਹੇ ਨੇ, ਗੁਰੂ ਅਮਰਦਾਸ ਜੀ ਦੇ ਹੁਕਮਾਂ ਨੂੰ ਕਿਵੇਂ ਸੱਤ ਸੱਤ ਕਰਕੇ ਮੰਨ ਰਹੇ ਨੇ। ਫਿਰ ਉਹ ਸਾਰੇ ਰਿਸ਼ਤੇਦਾਰ ਇਕੱਠੇ ਹੋ ਕੇ ਆ ਗਏ, ਸ਼ਰੀਕਾ ਇਕੱਠਾ ਹੋ ਕੇ ਆ ਗਏ, ਆ ਕੇ ਲੱਗ ਗਿਆ ਮਿਹਣੇ ਦੇਣ, ਲੱਗ ਗਿਆ ਉੱਥੇ ਮਿਹਣੇ ਮਾਰਨ, ਗੱਲਾਂ ਕਰਨ ਲੱਗ ਪਏ ਵੀ ਤੂੰ ਤੇ ਸਾਡੀ ਨੱਕ ਕਟਾ ਦਿੱਤੀ ਹੈ। ਜਾ ਕੇ ਸਹੁਰੇ ਘਰ ਦੇ ਵਿੱਚ ਸੇਵਾ ਪਿਆ ਕਰਦਾ, ਸਹੁਰੇ ਦੇ ਹੁਕਮ ਨੂੰ ਸੱਤ ਸੱਤ ਕਰਕੇ ਪਿਆ ਮੰਨਦਾ, ਸਾਡੇ ਸਾਰੇ ਸ਼ਰੀਕੇ ਦੀ ਨੱਕ ਵਢਾ ਕੇ ਰੱਖ ਦਿੱਤੀ ਹੈ ਤੂੰ ਤੇ। ਗੁਰੂ ਰਾਮਦਾਸ ਜੀ ਮਹਾਰਾਜ ਆਖਦੇ ਨੇ ਤੁਹਾਨੂੰ ਉਦੋਂ ਨੱਕ ਚੇਤੇ ਨਹੀਂ ਆਈ ਜਦੋਂ ਗਲੀਆਂ 'ਚ ਰੁਲਦਾ ਫਿਰਦਾ ਸੀ, ਹਾਂਜੀ ਉਦੋਂ ਤੁਹਾਨੂੰ ਚੇਤਾ ਨਹੀਂ ਆਇਆ। ਅਤੇ ਅੱਜ ਜੇ ਮੈਂ ਗੁਰੂ ਬਚਨਾਂ ਦੇ, ਗੁਰੂ ਦੇ ਬਚਨਾਂ ਉੱਤੇ ਤੁਰਦਿਆਂ ਗੁਰੂ ਪਿਤਾ ਦੀ ਸੇਵਾ ਕਰਦਾ, ਮੇਰਾ ਮਾਂ ਬਾਪ ਤੇ ਚਲਾ ਗਿਆ, ਤੁਸੀਂ ਮਾਪੇ ਬਣਨਾ ਸੀ, ਤੁਸੀਂ ਮੁੱਖ ਫੇਰ ਲਿਆ, ਗੁਰੂ ਅਮਰਦਾਸ ਜੀ ਮੇਰੇ ਮਾਂ ਬਾਪ ਬਣੇ, ਮੈਂ ਤੇ ਆਪਣੇ ਪਿਓ ਦਾ ਹੁਕਮ ਬਜਾ ਰਿਹਾ, ਆਪਣੇ ਪਿਤਾ ਦਾ ਹੁਕਮ ਸੱਤ ਸੱਤ ਕਰਕੇ ਪਿਆ ਮੰਨਦਾ, ਮੈਨੂੰ ਨਹੀਂ ਪਤਾ ਇਹ ਮੇਰਾ ਸਹੁਰਾ, ਮੈਂ ਤੇ ਇਹਨੂੰ ਆਪਣਾ ਬਾਪ ਪਿਆ ਮੰਨਦਾ। ਕੀ ਐਸੀ ਲਿਆਕਤ ਅਸੀਂ ਆਪਣੇ ਜੀਵਨ ਵਿੱਚ ਲਿਆ ਸਕਦੇ ਹਾਂ? ਜਿਸ ਦਿਨ ਆ ਗਈ ਤੇ ਉਸ ਦਿਨ ਇਹ ਤਲਾਕ, ਲੜਾਈਆਂ, ਝਗੜੇ, ਦਾਜ, ਲੜਕੀ ਹੋ ਗਈ, ਹਾਂਜੀ ਇਹ ਜਿਹੜੇ ਰੋਲੇ ਰੱਪੇ ਨੇ ਤੇ ਉਦਾਂ ਹੀ ਖਤਮ ਹੋ ਜਾਣੇ ਨੇ। ਜਿਸ ਦਿਨ ਅਸੀਂ ਆਪਣੇ ਰਹਿਬਰਾਂ ਦਾ ਪ੍ਰਕਾਸ਼ ਦਿਹਾੜਾ ਮਨਾਉਂਦੇ ਹਾਂ ਜਾਂ ਉਹਨਾਂ ਦੇ ਗੁਰਤਾਗ ਦੇ ਦਿਵਸ ਮਨਾਉਂਦੇ ਹਾਂ, ਜੋਤੀ ਜੋਤ ਦਿਵਸ ਮਨਾਉਂਦੇ ਹਾਂ, ਇਹਨਾਂ ਨੂੰ ਚੇਤੇ ਕਰਦੇ ਹਾਂ, ਉਹਨਾਂ ਦੇ ਜੀਵਨ ਵੱਲ ਝਾਤ ਮਾਰਾਂਗੇ ਤੇ ਬਹੁਤ ਕੁਝ ਬਾਹਰ ਨਿਕਲ ਕੇ ਆਏਗਾ, ਜਿਹੜਾ ਹੋ ਸਕਦਾ ਛੇਤੀ ਕਿਤੇ ਸਾਨੂੰ ਰਾਸ ਵੀ ਨਾ ਆਵੇ, ਸਾਡੇ ਤੋਂ ਸਾਂਭਿਆ ਵੀ ਨਾ ਜਾਏ, ਸਾਨੂੰ ਬੋਝ ਲੱਗਣ ਲੱਗ ਪਵੇ। ਤੇ ਸਤਿਗੁਰੂ ਜੀ ਸਮਝਾ ਰਹੇ ਨੇ ਇਸ ਤਰ੍ਹਾਂ ਦਾ ਜੀਵਨ ਜਿਹੜਾ ਹੈ ਗਿਆਨ ਗੁਰੂ ਬਖਸ਼ਦਾ ਹੈ, ਜੀਵਨ ਨੂੰ ਮਹਾਨ ਬਣਾਉਂਦਾ ਹੈ। ਗੁਰੂ ਅਰਜਨ ਪਾਤਸ਼ਾਹ ਜੀ ਦਾ ਜੀਵਨ ਪੜ੍ਹ ਲਓ ਕਿੰਨਾ ਮਹਾਨ, ਬਚਪਨ ਦੇ ਵਿੱਚ ਹੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਉਹਨਾਂ ਨੂੰ ਸਭ ਤੋਂ ਪਹਿਲਾਂ ਵਿੱਦਿਆ ਦੀ ਦਾਤ ਦਿੱਤੀ, ਵਿੱਦਿਆ ਦੀ ਦਾਤ। ਅਸੀਂ ਵੀ ਆਪਣੇ ਬੱਚਿਆਂ ਨੂੰ ਪੜ੍ਹਾਈਏ, ਜਿੱਥੇ ਪੰਜਾਬੀ ਸਿਖਾਉਂਦੇ ਹਾਂ ਉੱਥੇ ਅੰਗਰੇਜ਼ੀ ਵੀ ਸਿਖਾਈਏ, ਫਾਰਸੀ ਵੀ ਸਿਖਾਈਏ, ਸੰਸਕ੍ਰਿਤ ਵੀ ਸਿਖਾਈਏ, ਹੋਰ ਜਿੰਨੀਆਂ ਵੀ ਭਾਸ਼ਾਵਾਂ ਨੇ ਵੱਧ ਤੋਂ ਵੱਧ ਸਿਖਾਈਏ। ਜਿੰਨੀਆਂ ਅਸੀਂ ਵੱਧ ਭਾਸ਼ਾਵਾਂ ਸਿੱਖਾਂਗੇ, ਉਨੀਆਂ ਹੀ ਅਸੀਂ ਭਾਸ਼ਾਵਾਂ ਦੇ ਵਿੱਚ ਜਾ ਕੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਦਾ ਪ੍ਰਚਾਰ ਜਿਹੜਾ ਸਹੀ ਢੰਗ ਤਰੀਕੇ ਦੇ ਨਾਲ ਕਰ ਸਕਦੇ, ਕਿਉਂਕਿ ਇਹਦੀ ਲੋੜ, ਗੁਰੂ ਗ੍ਰੰਥ ਸਾਹਿਬ ਜੀ ਦੀ ਲੋੜ ਕੇਵਲ ਪਗੜੀਧਾਰੀ ਸਿੱਖਾਂ ਦੇ ਲਈ ਨਹੀਂ ਹੈ, ਇਹ ਤੇ ਕੁੱਲ ਕਾਇਨਾਤ ਦੇ ਵਾਸਤੇ, ਚਾਹੇ ਉਹ ਗੋਰੇ ਲੋਕ ਨੇ ਤੇ ਚਾਹੇ ਕਾਲੇ ਨੇ, ਚਾਹੇ ਉਹ ਸਿੰਧੀ ਨੇ ਤੇ ਚਾਹੇ ਮਦਰਾਸੀ ਨੇ, ਚਾਹੇ ਉੜੀਏ ਨੇ ਤੇ ਚਾਹੇ ਉਹ ਅਰਬੀ ਨੇ, ਚਾਹੇ ਉਹ ਕੋਈ ਵੀ ਹੈ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਦੀ ਲੋੜ ਤੇ ਸਾਰੀ ਦੁਨੀਆਂ ਨੂੰ ਹੀ ਹੈ, ਸਾਰੀ ਦੁਨੀਆਂ ਨੂੰ। ਇਸ ਕਰਕੇ ਵੱਧ ਤੋਂ ਵੱਧ ਭਾਸ਼ਾਵਾਂ ਸਿੱਖੀਏ। ਗੁਰੂ ਅਰਜਨ ਪਾਤਸ਼ਾਹ ਜੀ ਨੇ ਬਚਪਨ ਦੇ ਵਿੱਚ ਆਪਣੇ ਨਾਨਾ ਧੰਨ ਗੁਰੂ ਅਮਰਦਾਸ ਜੀ ਦੇ ਕੋਲੋਂ ਗੁਰਮੁਖੀ ਅੱਖਰ ਸਿੱਖੇ, ਗੁਰਮੁਖੀ ਅੱਖਰ ਪੜ੍ਹੇ, ਭਾਈ ਮੋਹਰੀ ਜੀ ਦੇ ਕੋਲੋਂ ਗਣਿਤ ਅਤੇ ਹੋਰ ਵਿੱਦਿਆ ਸਿੱਖੀ, ਆਪਣੇ ਪਿੰਡ ਦੇ ਮਕਤਬ ਦੇ ਵਿੱਚੋਂ ਫਾਰਸੀ ਅੱਖਰ ਸਿੱਖੇ ਨੇ, ਪੰਡਿਤ ਬੇਣੀ ਦੇ ਕੋਲੋਂ ਸੰਸਕ੍ਰਿਤ ਸਿੱਖੀ ਹੈ ਅਤੇ ਪਿੰਡ ਦੀ ਚਟਸ਼ਾਲ ਦੇ ਵਿੱਚੋਂ ਪਾਂਧੇ ਦੇ ਕੋਲੋਂ ਹਿੰਦੀ ਸਿੱਖੀ ਹੈ। ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਰਾਗਾਂ ਦੇ ਧਣੀ ਨੇ, ਰਾਗਾਂ ਦੇ ਵਿੱਚ ਕੀਰਤਨ ਕਰਦੇ ਨੇ, 30 ਰਾਗਾਂ ਦੇ ਵਿੱਚ ਗੁਰੂ ਅਰਜਨ ਪਾਤਸ਼ਾਹ ਜੀ ਦੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਬਾਣੀ ਦਰਜ ਹੈ, 30 ਰਾਗਾਂ ਦੇ ਵਿੱਚ ਗੁਰਬਾਣੀ ਦਾ ਮਨੋਹਰ ਕੀਰਤਨ ਕਰਦੇ ਨੇ, ਉਪਰੰਤ ਸ਼ਬਦ ਦੀ ਵਿਚਾਰ ਦੇ ਨਾਲ ਸੰਗਤਾਂ ਨੂੰ ਨਿਹਾਲ ਪਏ ਕਰਦੇ ਨੇ, ਸਵਾਲਾਂ ਜਵਾਬਾਂ ਦਾ ਸਿਲਸਿਲਾ ਚੱਲਦਾ, ਉਹਦੇ ਵਿੱਚ ਕਈਆਂ ਨੂੰ ਸੰਤੁਸ਼ਟੀ ਹੁੰਦੀ ਹੈ, ਤਸੱਲੀ ਹੁੰਦੀ ਹੈ, ਕੋਈ ਆ ਕੇ ਪੁੱਛਦਾ ਮਹਾਰਾਜ ਰਾਮ ਆਖੀਏ ਜਾਂ ਅੱਲਾ ਆਖੀਏ, ਤੁਸੀਂ ਕਿਹਨਾਂ ਦੇ ਹੱਕ 'ਚ ਖਲੋਤੇ ਹੋ? ਗੁਰੂ ਅਰਜਨ ਪਾਤਸ਼ਾਹ ਜੀ ਆਖਦੇ ਨੇ ਇਹ ਭਲੇ ਲੋਕੋ ਰਾਮ ਆਖ ਲਓ ਅੱਲਾਹ ਆਖ ਲਓ ਕੀ ਫਰਕ ਪੈਂਦਾ। ਇੱਥੇ ਆ ਕੇ ਮੈਂ ਭਾਈ ਸਾਹਿਬ ਨੂੰ ਪੁੱਛਿਆ ਪਾਣੀ ਨੂੰ ਕੀ ਆਖਦੇ ਨੇ, ਕਹਿੰਦੇ ਇੱਥੇ ਤੇ ਆਏ ਆਖਦੇ ਨੇ, ਅਤੇ ਮੈਂ ਕਿਹਾ ਥਾਈਲੈਂਡ ਦੇ ਵਿੱਚ ਤਾਂ ਫਿਰ ਨਾਮ ਆਖਦੇ ਨੇ, ਅੱਗੋ ਸਤਨਾਮ ਸ਼੍ਰੀ ਵਾਹਿਗੁਰੂ, ਥਾਈਲੈਂਡ 'ਚ ਨਾਮ ਆਖਦੇ ਨੇ, ਸਾਡੇ ਉੱਧਰ ਪਾਣੀ ਜਲ ਸਾਰਾ ਕੁਝ ਵਰਤਿਆ ਜਾਂਦਾ। ਹੁਣ ਆਏ ਕਹਿ ਕੇ ਪੀ ਲਓ, ਨਾਮ ਕਹਿ ਕੇ ਪੀ ਲਓ, ਪਾਣੀ ਕਹਿ ਕੇ ਪੀ ਲਓ, ਜਲ ਕਹਿ ਕੇ ਪੀ ਲਓ, ਵਾਟਰ ਕਹਿ ਕੇ ਪੀ ਲਓ, ਕੀ ਫਰਕ ਪੈਂਦਾ? ਪਿਆਸਾ ਪੀਵੇਗਾ ਤਾਂ ਪਿਆਸ ਹੀ ਬੁਝੇਗੀ,
ਰਾਮ ਕਹਿ ਲਓ ਅੱਲਾ ਕਹਿ ਲਓ ਕੀ ਫਰਕ ਪੈਂਦਾ, ਭਲਿਓ ਕਹੋ ਨਾਨਕ ਜਿਨ ਹੁਕਮ ਪਛਾਤਾ ਪ੍ਰਭ ਸਾਹਿਬ ਕਾ ਤਿਨ ਭੇਦ ਜਾਤਾ। ਜਿਨ੍ਹਾਂ ਨੇ ਹੁਕਮ ਨਹੀਂ ਪਛਾਣਿਆ ਉਹ ਜੋ ਮਰਜ਼ੀ ਆਖੀ ਜਾ, ਅਤੇ ਜਿਨ੍ਹਾਂ ਨੇ ਹੁਕਮ ਪਛਾਣਿਆ ਉਹਦਾ ਸਭ ਕੁਝ ਕਿਹਾ ਹੋਇਆ ਜੀ ਪ੍ਰਵਾਨ। ਉਹ ਅੱਲਾ ਕਹਿ ਲੈ, ਰਾਮ ਕਹਿ ਲੈ, ਵਾਹਿਗੁਰੂ ਕਹਿ ਲੈ, ਕੀ ਫਰਕ ਪੈਂਦਾ ਜੀ। ਹਾਂ, ਪਰ ਵਾਹਿਗੁਰੂ ਕਹਿਣ ਵਾਲੇ ਜਾਂ ਰਾਮ ਕਹਿਣ ਵਾਲੇ ਇੱਕ ਦੂਜੇ ਨਾਲ ਸਿਰਫ ਇਸੇ ਗੱਲ ਕਰਕੇ ਨਾ ਝਗੜਨ ਵੀ ਤੁਸੀਂ ਤਾਂ ਰਾਮ ਆਖਦੇ ਹੋ ਅਤੇ ਅਸੀਂ ਅੱਲਾ ਆਖਦੇ ਹਾਂ, ਇਸੇ ਗੱਲ ਕਰਕੇ ਨਾ ਝਗੜਨ। ਪਿਆਰ ਬਣੇ, ਮੁਹੱਬਤ ਬਣੇ। ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਮੱਕੇ ਵੱਲ ਜਾ ਰਹੇ ਨੇ ਉੱਥੋਂ ਦੇ ਲੋਕਾਂ ਨੂੰ ਸਮਝਾਉਣ ਦੇ ਲਈ, ਅਤੇ ਭਾਈ ਗੁਰਦਾਸ ਜੀ ਆਖਦੇ ਨੇ ਬਾਬਾ ਆਖੇ ਹਾਜੀਆਂ, ਜਦੋਂ ਹਾਜੀਆਂ ਨੇ ਪੁੱਛਿਆ, ਪੁੱਛਣ ਫੋਲ ਕਿਤਾਬ ਨੂੰ, ਹਿੰਦੂ ਵੱਡਾ ਕਿ ਮੁਸਲਮਾਨ ਹੋਈ, ਹਿੰਦੂ ਵੱਡਾ ਕਿ ਮੁਸਲਮਾਨ ਹੋਈ। ਉਹਨਾਂ ਹਾਜੀਆਂ ਨੇ ਉੱਥੇ ਸਵਾਲ ਕੀ ਕੀਤਾ, ਮਨ ਕਿਵੇਂ ਭਟਕਦਾ ਹੈ, ਇਹ ਸਵਾਲ ਨਹੀਂ ਕੀਤਾ। ਮਨ ਨੂੰ ਸ਼ਾਂਤ ਕਿਵੇਂ ਕੀਤਾ ਜਾ ਸਕਦਾ ਹੈ, ਇਹ ਸਵਾਲ ਨਹੀਂ ਕੀਤਾ। ਮਨ ਕੀ ਹੈ ਇਹਦੇ ਬਾਰੇ ਕੋਈ ਸਵਾਲ ਨਹੀਂ ਕਰ ਰਹੇ। ਜੀਵਨ ਨੂੰ ਕਿਵੇਂ ਸਹੀ ਪਾਸੇ ਲਾਉਣਾ ਇਹ ਕੋਈ ਸਵਾਲ ਨਹੀਂ ਹੈ। ਸਵਾਲ ਕੀ ਚੱਲ ਰਿਹਾ, ਪੁੱਛਣ ਫੋਲ ਕਿਤਾਬ ਨੂੰ, ਇਹ ਜਿਹੜੀ ਕਿਤਾਬ ਤੂੰ ਪਕੜੀ ਹੋਈ ਹੈ, ਜਿਹਨੂੰ ਆਪਾਂ ਪੋਥੀ ਸਾਹਿਬ ਆਖਦੇ ਹਾਂ ਉਹਨਾਂ ਦੀ ਭਾਸ਼ਾ ਦੇ ਵਿੱਚ, ਕਿਤਾਬ ਇਹ ਜਿਹੜੀ ਕਿਤਾਬ ਪਕੜੀ ਹੈ ਇਹਨੂੰ ਫਰੋਲ ਕੇ ਦੱਸ, ਖੋਲ ਕੇ ਦੱਸ, ਵਾਚ ਕੇ ਦੱਸ, ਹਿੰਦੂ ਵੱਡਾ ਕਿ ਮੁਸਲਮਾਨ ਦੀ, ਆਹ ਸਵਾਲ। ਹਾਂਜੀ, ਜਿਵੇਂ ਅੱਜ ਸਵਾਲ ਚੱਲ ਰਹੇ ਨੇ, ਮਿਸ਼ਨਰੀ ਵੱਡੇ ਕਿ ਟਕਸਾਲੀ ਵੱਡੇ, ਅਖੰਡ ਕੀਰਤਨੀ ਵੱਡੇ ਜਾਂ ਨਿਹੰਗ ਸਿੰਘ ਉੱਪਰ ਨੇ, ਕੌਣ ਹੈ ਜੀ? ਉਹ ਭਲੇ ਲੋਕੋ, ਗੁਰੂ ਨਾਨਕ ਜੀ ਸਮਝਾ ਰਹੇ ਨੇ, ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਜੋ, ਦੋਨੋਂ ਰੋਈ ਹਿੰਦੂ ਮੁਸਲਮਾਨ ਦੋਏ, ਦਰਗਾਹ ਅੰਦਰ ਲੈਣ ਨਾ ਢੋਈ। ਜਿਹੜੀ ਢੋਈ ਮਿਲਣੀ ਹੈ ਉਹ ਤਾਂ ਸ਼ੁਭ ਕੰਮਾਂ ਕਰਕੇ ਮਿਲਣੀ, ਉਹ ਲੇਬਰ ਲਾ ਕੇ ਥੋੜ੍ਹੀ ਮਿਲਣਾ। ਸੋ ਇਹਨਾਂ ਗੱਲਾਂ ਨੂੰ ਅਸੀਂ ਗੁਰਬਾਣੀ ਦੇ ਰਾਹੀਂ, ਆਪਣੇ ਇਤਿਹਾਸ ਦੇ ਰਾਹੀਂ, ਭਾਈ ਗੁਰਦਾਸ ਜੀ ਦੀਆਂ ਵਾਰਾਂ ਕਵਿਤਾ ਦੇ ਰਾਹੀਂ ਇਹਨਾਂ ਗੱਲਾਂ ਨੂੰ ਅਸੀਂ ਸਮਝਣ ਦਾ ਯਤਨ ਕਰਨਾ, ਤਾਂ ਕਿਧਰੇ ਕੋਈ ਗੱਲ ਪੱਲੇ ਪੈ ਸਕਦੀ। ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਘੋੜ ਸਵਾਰੀ ਦੇ ਵੀ ਬੜੇ ਮਾਹਰ ਨੇ, ਨੇਜਾਬਾਜੀ ਵੀ ਕਰਦੇ ਨੇ, ਘੋੜ ਸਵਾਰੀ ਸਿੱਖੀ ਹੈ, ਕਿਉਂਕਿ ਉਹਨਾਂ ਦਾ ਕੰਮ ਹੈ, ਵਪਾਰ ਹੈ ਉਹਨਾਂ ਦਾ ਘੋੜਿਆਂ ਦਾ, ਘੋੜੇ ਵੇਚਦੇ ਨੇ ਖਰੀਦਦੇ ਨੇ, ਅਤੇ ਜਦੋਂ ਵੇਚਣਾ ਅਤੇ ਜਦੋਂ ਖਰੀਦਣਾ ਫਿਰ ਪਰਖ ਤਾਂ ਹੋ ਹੀ ਜਾਣੀ ਹੈ। ਜਿਹਨੇ ਕਾਰ ਵੇਚਣੀ ਹੈ ਜਾਂ ਖਰੀਦਣੀ ਹੈ ਉਹ ਪਰਖਦਾ, ਪਰਖਦਾ ਵੀ ਇਹਦੇ ਵਿੱਚ ਕਿਹੜੀ ਚੀਜ਼ ਦੀ ਘਾਟ ਹੈ, ਕਿਹੜੀ ਚੀਜ਼ ਪੂਰੀ ਹੈ। ਇੱਦਾਂ ਜਦੋਂ ਘੋੜੇ ਵੇਚੇ ਜਾਣਗੇ ਜਾਂ ਖਰੀਦੇ ਜਾਣਗੇ ਪਰਖ ਹੋਣੀ ਸ਼ੁਰੂ ਹੋ ਜਾਏਗੀ, ਤਾਂ ਸਿੱਖਾਂ ਨੂੰ ਉਸ ਵੇਲੇ ਘੋੜਿਆਂ ਦੀ ਪਰਖ ਕਰਨ ਦਾ ਸਭ ਤੋਂ ਵਧੀਆ ਢੰਗ ਮਿਲਿਆ। ਘੋੜਿਆਂ ਦੀ ਪਰਖ ਵੀ ਹੋ ਗਈ ਅਤੇ ਨਾਲ ਗੁਰੂ ਅਰਜਨ ਪਾਤਸ਼ਾਹ ਜੀ ਨੇਜਾਬਾਜ ਵੀ ਸਿੱਖ ਰਹੇ ਨੇ। ਹੁਣ ਗੁਰੂ ਅਰਜਨ ਪਾਤਸ਼ਾਹ ਜੀ ਨੇਜਾਬਾਜੀ ਸਿੱਖ ਰਹੇ ਨੇ, ਪਰ ਗੁਰਬਾਣੀ ਦੇ ਵਿੱਚ ਕਿਧਰੇ ਹਵਾਲਾ ਨਹੀਂ ਵੀ ਤੁਸੀਂ ਸ਼ਸਤਰ ਚਲਾਉਣੇ ਸਿੱਖੋ। ਹਾਂਜੀ, ਪਰ ਗੁਰੂ ਅਰਜਨ ਪਾਤਸ਼ਾਹ ਜੀ ਆਪ ਖੁਦ ਸਿੱਖ ਰਹੇ ਨੇ, ਨੇਜਾਬਾਜੀ ਘੋੜ ਸਵਾਰੀ ਕਰ ਰਹੇ ਨੇ। ਗੁਰਬਾਣੀ ਵਿੱਚ ਇਹ ਬਚਨ ਤਾਂ ਜ਼ਰੂਰ ਨੇ, ਨਿਰਭਉ ਨਿਰਵੈਰ, ਨਾ ਡਰਨਾ ਅਤੇ ਨਾ ਕਿਸੇ ਨੂੰ ਡਰਾਉਣਾ। ਜਦੋਂ ਖੁੱਲ੍ਹ ਕੇ ਇਹਨੂੰ ਐਕਸਪਲਾਨੇਸ਼ਨ ਇਹਦੀ ਕਰਾਂਗੇ ਤਾਂ ਗੱਲ ਉੱਥੇ ਹੀ ਆ ਜਾਣੀ ਹੈ ਵੀ ਸ਼ਸਤਰ ਤਾਂ ਫਿਰ ਚੁੱਕਣੇ ਪੈਣਗੇ ਜਦੋਂ ਕੋਈ ਧੱਕਾ ਕਰੇਗਾ, ਤਾਂ ਸਿੱਧੀ ਜਿਹੀ ਗੱਲ ਜਦੋਂ, ਅਤੇ ਜਦੋਂ ਸ਼ਸਤਰ ਚੁੱਕਣੇ ਨੇ ਜਾਂ ਧੱਕੇ ਦੇ ਖਿਲਾਫ ਚੁੱਕਣੇ ਨੇ ਅਤੇ ਜਾਂ ਕਿਸੇ ਮਜ਼ਲੂਮ ਦੀ ਰਾਖੀ ਦੇ ਲਈ ਚੁੱਕਣੇ ਨੇ, ਸਿਰਫ ਦੋ ਹੀ ਕਾਰਨ ਨੇ ਸ਼ਸਤਰ ਚੁੱਕਣ ਦੇ, ਤੀਜਾ ਕਾਰਨ ਹੋਰ ਕੋਈ ਨਹੀਂ। ਦੰਗਾ ਫਸਾਦ ਕਰਨਾ ਨਹੀਂ, ਕਿਸੇ ਉੱਤੇ ਧੱਕੇ ਨਾਲ ਆਪਣੀ ਕਹੀ ਹੋਈ ਗੱਲ ਮਨਵਾਉਣੀ ਨਹੀਂ, ਇਹ ਤਾਂ ਹੋਰ ਕੋਈ ਮਤ ਹੋ ਸਕਦੀ ਹੈ, ਹੋਰ ਕਿਸੇ ਦਾ ਖਿਆਲ ਹੋ ਸਕਦਾ, ਗੁਰੂ ਦੇ ਸਿੱਖਾਂ ਦਾ ਜਾਂ ਗੁਰੂ ਦੀ ਬਾਣੀ ਦਾ ਨਹੀਂ, ਨਿਰਭਉ ਨਿਰਵੈਰ ਹੈ। ਸੋ ਗੁਰੂ ਅਰਜਨ ਸਾਹਿਬ ਜੀ ਘੋੜ ਸਵਾਰੀ ਸਿੱਖਦੇ ਨੇ, ਨੇਜਾਬਾਜੀ ਸਿੱਖਦੇ ਨੇ, ਅਤੇ ਘੋੜ ਸਵਾਰੀ ਅਤੇ ਨੇਜਾਬਾਜੀ ਕਿੱਥੋਂ ਸਿੱਖੀ ਹੈ? ਉਹਨਾਂ ਨੇ ਬਾਬਾ ਬੁੱਢਾ ਜੀ ਸਿਖਾ ਰਹੇ ਨੇ, ਬਾਬਾ ਬੁੱਢਾ ਜੀ ਨੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਸ਼ਸਤਰ ਵਿੱਦਿਆ ਦਿੱਤੀ ਹੈ, ਅਤੇ ਬਾਬਾ ਬੁੱਢਾ ਜੀ ਨੂੰ ਸ਼ਸਤਰ ਵਿੱਦਿਆ ਕਿਹਨੇ ਸਿਖਾਈ ਹੈ? ਗੁਰੂ ਨਾਨਕ ਪਾਤਸ਼ਾਹ ਜੀ ਨੇ ਸਿਖਾਈ ਹੈ, ਕਿਉਂਕਿ ਗੁਰੂ ਨਾਨਕ ਜੀ ਦੇ ਸਿੱਖ ਨੇ, ਗੁਰੂ ਨਾਨਕ ਜੀ ਨੇ ਉਹਨਾਂ ਨੂੰ ਸ਼ਸਤਰ ਵਿੱਦਿਆ ਸਿਖਾਈ ਹੈ। ਸੋ ਇਸ ਤਰ੍ਹਾਂ ਇੱਕ ਲੜੀ ਚੱਲੀ ਹੋਈ ਹੈ। ਹੁਣ ਜਦੋਂ ਗੁਰੂ ਅਰਜਨ ਪਾਤਸ਼ਾਹ ਜੀ ਪਿੰਡ ਮਊ ਵਿਖੇ ਜਾਂਦੇ ਨੇ ਮਾਤਾ ਗੰਗਾ ਜੀ ਨੂੰ ਵਿਆਹੁਣ, ਮਾਤਾ ਲਫਜ਼ ਮੈਂ ਇਸ ਕਰਕੇ ਵਰਤ ਰਿਹਾ ਕਿਉਂਕਿ ਸਾਡੀ ਮਾਤਾ ਹੈ ਅਤੇ ਗੁਰੂ ਅਰਜਨ ਪਾਤਸ਼ਾਹ ਜੀ ਦੀ ਤਾਂ ਧਰਮ ਪਤਨੀ ਹੈ। ਵਿਆਹੁਣ ਜਾਂਦੇ ਨੇ ਪਿੰਡ ਮਊ ਵਿਖੇ, ਉੱਥੇ ਇੱਕ ਰੀਤ ਚੱਲਦੀ ਸੀ, ਪ੍ਰਚਲਿਤ ਰੀਤ ਸੀ ਕਿ ਘੋੜ ਸਵਾਰੀ ਕਰਦਿਆਂ ਨੇਜੇ ਦੇ ਨਾਲ ਜਿਹੜੀ ਧਰਤੀ ਦੇ ਵਿੱਚ ਲੱਗੀ ਹੋਈ ਕਿੱਲੀ ਉਹਨੂੰ ਪੁੱਟ ਕੇ ਬਾਹਰ ਸੁੱਟਣਾ। ਤਾਂ ਗੁਰੂ ਅਰਜਨ ਪਾਤਸ਼ਾਹ ਜੀ ਨੂੰ ਆਖਿਆ ਗਿਆ ਅਤੇ ਉਹਨਾਂ ਨੇ ਥੋੜ੍ਹੀ ਜਿਹੀ ਚਲਾਕੀ ਦੇ ਨਾਲ ਨਾ ਜਿਹੜੇ ਲੋਕ ਸੀ ਉਹਨਾਂ ਨੇ ਥੋੜ੍ਹਾ ਜਿਹਾ ਮਸ਼ਕਰੀ ਕਰਦਿਆਂ, ਮਖੌਲ ਵੀ ਹੁੰਦੇ ਸੀ, ਬਹੁਤ ਕੁਛ ਚੱਲਦਾ ਸੀ, ਉਹਨਾਂ ਨੇ ਜਿਹੜਾ ਜੰਡ ਦਾ ਬੂਟਾ ਸੀ ਉਹ ਬੜਾ ਪੱਕਾ, ਉਹਦੀਆਂ ਜੜ੍ਹਾਂ ਬੜੀਆਂ ਮਜ਼ਬੂਤ, ਉਹਨਾਂ ਨੇ ਜੰਡ ਦਾ ਜਿਹੜਾ ਜੰਡ ਸੀ ਉਹਨੂੰ ਕੱਟ ਕੇ ਉਹਨੂੰ ਕਿੱਲੀ ਦੀ ਸ਼ਕਲ ਦੇ ਦਿੱਤੀ ਅਤੇ ਗੁਰੂ ਅਰਜਨ ਪਾਤਸ਼ਾਹ ਜੀ ਨੂੰ ਆਖਿਆ ਵੀ ਇਹ ਪੁੱਟ ਕੇ ਵਿਖਾਓ। ਅਤੇ ਗੁਰੂ ਅਰਜਨ ਪਾਤਸ਼ਾਹ ਜੀ ਦੂਰੋਂ ਘੋੜ ਸਵਾਰੀ ਕਰਦਿਆਂ ਬੜੀ ਤੇਜ਼ ਘੋੜਾ ਦੌੜਾਉਂਦਿਆਂ ਆਏ ਅਤੇ ਨੇਜੇ ਦੇ ਨਾਲ ਇੱਕੋ ਹੀ ਵਾਰ ਕੀਤਾ ਅਤੇ ਜੜ੍ਹਾਂ ਸਮੇਤ ਉਹ ਜਿਹੜੀ ਜੰਡ ਨੂੰ ਕਿੱਲੀ ਸੀ ਉਹਨੂੰ ਪੁੱਟ ਕੇ ਧਰਤੀ ਦੇ ਉੱਪਰ ਸੁੱਟ ਦਿੱਤਾ। ਸੋ ਇਸ ਤਰੀਕੇ ਦੇ ਨਾਲ ਉਹ ਘੋੜ ਸਵਾਰੀ
ਅਤੇ ਨੇਜਾਬਾਜ਼ੀ ਵੀ ਜਾਣਦੇ ਨੇ। ਜੇ ਤੁਸੀਂ ਉਹਨਾਂ ਦੀ ਉਸਾਰੀ ਕਲਾ ਵੇਖੋ, ਸ਼ਿਲਪ ਕਲਾ ਵੇਖੋ, ਉਹਦੇ ਵਿੱਚ ਤੁਸੀਂ ਉਹਨਾਂ ਦੀ ਮੁਹਾਰਤ ਵੇਖਣੀ ਹੋਵੇ ਤਾਂ ਤੁਸੀਂ ਜਾ ਕੇ ਵੇਖੋ ਲਾਹੌਰ ਦਾ ਡੱਬੀ ਬਾਜ਼ਾਰ, ਸ਼੍ਰੀ ਅੰਮ੍ਰਿਤਸਰ ਸ਼ਹਿਰ, ਤਰਨ ਤਾਰਨ, ਸ਼੍ਰੀ ਦਰਬਾਰ ਸਾਹਿਬ ਅਤੇ ਇਸ ਤੋਂ ਬਾਅਦ ਜਿਹੜਾ ਹੈ ਸ਼ੀਸ਼ ਮਹਿਲ ਅਤੇ ਉੱਥੇ ਲੱਗੇ ਹੋਏ ਬਾਗ, ਉਹ ਤੁਸੀਂ ਸਾਰੇ ਜਾ ਕੇ ਵੇਖ ਸਕਦੇ ਹੋ ਆਪਣੇ ਆਪ ਦੇ ਵਿੱਚ। ਇੱਕ ਜਿਹੜਾ ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਜੀ ਦੀਆਂ ਜਿਹੜੀਆਂ ਕਲਾ ਉਹਨਾਂ ਨੇ ਸਿੱਖੀਆਂ ਸੀ, ਉਸਾਰੀ ਕਲਾ ਜਾਂ ਸ਼ਿਲਪ ਕਲਾ ਉਹਨਾਂ ਨੇ ਸਿੱਖੀ ਸੀ, ਉਹ ਆਪਣੇ ਆਪ ਦੇ ਵਿੱਚ ਇੱਕ ਮੂੰਹ ਬੋਲ ਦੀਆਂ ਤਸਵੀਰਾਂ ਨੇ। ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਜੀ ਨੇ ਦਰਬਾਰ ਸਾਹਿਬ ਬਣਵਾਇਆ, ਵੇਖੋ ਕਿੰਨੀ ਵਧੀਆ ਸੋਚ ਹੈ, ਕਿੰਨੀ ਵਿਸ਼ਾਲ ਸੋਚ ਹੈ। ਚਾਰ ਦਰਵਾਜ਼ੇ ਬਣਾਏ, ਕੋਈ ਵੀ ਆਵੇ, ਕਿਸੇ ਵੀ ਦਿਸ਼ਾ ਤੋਂ ਆਵੇ, ਕੋਲਾ ਕਾਲਾ ਆਵੇ, ਗੋਰਾ ਆਵੇ, ਅਮੀਰ ਆਵੇ, ਗਰੀਬ ਆਵੇ, ਉੱਚੀ ਜਾਤ ਦਾ ਆਵੇ, ਨੀਵੀਂ ਦਾ ਆਵੇ, ਸਾਰਿਆਂ ਨੂੰ ਹੀ ਇੱਥੇ ਮਾਣ, ਸਾਰਿਆਂ ਨੂੰ ਹੀ ਇੱਥੇ ਇੱਜ਼ਤ ਮਿਲ ਰਹੀ ਹੈ। ਗੁਰੂ ਅਰਜਨ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ, ਪੀੜ੍ਹੇ ਦੇ ਉੱਤੇ ਪ੍ਰਕਾਸ਼ ਕੀਤਾ, ਆਪ ਸਤਿਗੁਰੂ ਜੀ ਥੱਲੇ ਬੈਠ ਗਏ ਨੇ, ਸੰਗਤ ਵਿੱਚ ਬੈਠੇ ਨੇ, ਬਰਾਬਰ ਨਹੀਂ ਬੈਠੇ ਗੱਦੀ ਲਾ ਕੇ, ਵੀ ਬਰਾਬਰ ਮੈਂ ਗੱਦੀ ਲਾ ਕੇ ਬੈਠ ਜਾਂਦਾ ਮੇਰੇ ਉੱਤੇ ਚੋਰ ਕਰੀ ਜਾਓ ਜਾਂ ਰੁਮਾਲਾ ਲਾ ਦਿਓ ਜਾਂ ਮੇਰੇ ਉੱਤੇ ਤੁਸੀਂ ਚਾਨਣੀ ਬੰਨ ਦਿਓ, ਐਸੀ ਕੋਈ ਗੱਲਬਾਤ ਨਹੀਂ। ਸੰਗਤ ਵਿੱਚ ਜਾ ਕੇ ਬੈਠ ਗਏ ਨੇ, ਉੱਧਰ ਸ਼ਬਦ ਪੜਿਆ ਜਾ ਰਿਹਾ, ਸੂਹੀ ਮਹਿਲਾ ਪੰਜਵਾਂ, ਸੰਤਾਂ ਕੇ ਕਾਰਜ ਆਪ ਖਲੋ, ਹਰ ਕੰਮ ਕਰਾਵਣੇ ਆਇਆ ਰਾਮ। ਹੱਦ ਹੋ ਗਈ ਉੱਥੇ ਜਦੋਂ ਸ਼ਬਦ ਚੱਲ ਰਿਹਾ, ਗੁਰੂ ਅਰਜਨ ਪਾਤਸ਼ਾਹ ਜੀ ਵੀ ਹੱਥ ਜੋੜ ਕੇ ਸੀਸ ਨਵਾ ਕੇ ਸੰਗਤ ਵਿੱਚ ਬੈਠੇ ਹੋਏ ਨੇ, ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਹੋ ਕੇ ਬੈਠੇ ਹੋਏ। ਉੱਚੀ ਥਾਂ 'ਤੇ ਸਤਿਗੁਰੂ ਜੀ ਦਾ ਪ੍ਰਕਾਸ਼ ਕੀਤਾ ਜਾਂਦਾ ਪੀੜ੍ਹੇ ਦੇ ਵਿੱਚ, ਅਤੇ ਜਦੋਂ ਸੇਵਾ ਸੰਭਾਲ ਵੀ ਹੁੰਦੀ ਹੈ ਤਾਂ ਸਤਿਗੁਰੂ ਜੀ ਆਪਣੀ ਚਾਦਰ ਥੱਲੇ ਵਿਛਾ ਦਿੰਦੇ, ਬਰਾਬਰ ਬੈਡ ਨਹੀਂ ਲਾਇਆ, ਥੱਲੇ ਚਾਦਰ ਵਿਛਾ ਲਈ ਕਿ ਸ਼ਬਦ ਉੱਪਰ ਸਰੀਰ ਦੀ ਕੀ ਔਕਾਤ ਹੈ, ਬਰਾਬਰ ਨਹੀਂ ਬੈਠ ਸਕਦੇ। ਇਹ ਸਤਿਗੁਰੂ ਜੀ ਦਾ ਜਿਹੜਾ ਮੁੱਖ ਸਿਧਾਂਤ ਹੈ ਇਹ ਸਾਨੂੰ ਉੱਥੋਂ ਮਿਲ ਰਿਹਾ। ਇਸ ਤੋਂ ਇਲਾਵਾ ਹੋਰ ਵੀ ਸਤਿਗੁਰੂ ਜੀ ਨੇ ਆਪਣੇ ਜੀਵਨ ਦੇ ਵਿੱਚ ਅਨੇਕਾਂ ਕੰਮ ਕੀਤੇ, ਕੋਹੜੀ ਘਰ ਤਿਆਰ ਕਰਵਾਏ, ਜਦੋਂ ਲਾਹੌਰ ਦੇ ਵਿੱਚ ਗਏ ਨੇ ਪਤਾ ਲੱਗਾ ਉੱਥੇ ਕਾਲ ਪੈ ਗਿਆ, ਸਾਨੂੰ 1995 ਦੀ ਗੱਲ ਹੈ, ਸੋਰੀ 1695 ਦੀ ਗੱਲ ਹੈ, ਉੱਥੇ ਜਦੋਂ ਕਾਲ ਪੈ ਗਿਆ ਅਤੇ ਉੱਥੇ ਗੁਰੂ ਅਰਜਨ ਪਾਤਸ਼ਾਹ ਜੀ ਗਏ ਅਤੇ ਚਾਰ ਪੁੱਤਰ ਮੋਢੇ ਦੇ ਉੱਤੇ ਕਿਸੇ ਨੂੰ ਚੁੱਕ ਕੇ ਤੁਰੇ ਜਾਂਦੇ ਨੇ, ਗੁਰੂ ਅਰਜਨ ਪਾਤਸ਼ਾਹ ਜੀ ਕੋਲ ਗਏ ਨੇ, ਜਾ ਕੇ ਪੁੱਛਿਆ ਵੀ ਕੌਣ ਹੈ ਇਹਦੇ ਵਿੱਚ ਕੌਣ ਹੈ, ਅੱਗੇ ਹੋ ਕੇ ਵੇਖਿਆ ਅਤੇ ਆਪਣੇ ਪਿਤਾ ਨੂੰ ਚੁੱਕੀ ਤੁਰੇ ਜਾਂਦੇ ਨੇ, ਪੁੱਛਿਆ ਵੀ ਕਿਉਂ ਕਿੱਧਰ ਲੈ ਕੇ ਜਾ ਰਹੇ ਹੋ, ਕਹਿੰਦੇ ਜੀ ਸਾਡੇ ਪਿਤਾ ਦੇ ਸਰੀਰ ਦੇ ਉੱਤੇ ਨਾ ਕੋਹੜ ਫੁੱਟ ਗਿਆ, ਕੋਹੜ ਫੁੱਟ ਗਿਆ, ਖੂਨ ਨਿਕਲਦਾ, ਪੀਕ ਨਿਕਲਦੀ ਹੈ, ਸਾਰਾ ਦਿਨ ਕੁਰਲਾਉਂਦਾ ਰਹਿੰਦਾ, ਚੀਕਾਂ ਮਾਰਦਾ ਰਹਿੰਦਾ, ਚਾਦਰਾਂ ਬਦਲਣੀਆਂ ਪੈਂਦੀਆਂ ਨੇ, ਸਾਰਾ ਦਿਨ ਧਿਆਨ ਇੱਧਰ ਲੱਗਾ ਰਹਿੰਦਾ, ਬੱਚਿਆਂ ਦਾ ਅਸੀਂ ਕਿਵੇਂ ਕਰੀਏ, ਕੰਮ ਕਾਰ ਵੀ ਕਰਨੇ ਨੇ, ਪਰਿਵਾਰ ਵੀ ਪਾਲਣਾ, ਇਹਨੇ ਦੁਖੀ ਕੀਤਾ ਹੋਇਆ ਤਾਂ ਫਿਰ ਹੁਣ, ਅਤੇ ਕਹਿੰਦੇ ਇਹ ਸਾਨੂੰ ਕਹਿ ਰਿਹਾ ਵੀ ਮੈਨੂੰ ਇਹਦੇ ਨਾਲੋਂ ਚੰਗਾ ਤਾਂ ਮਾਰ ਹੀ ਦਿਓ, ਇਹਦੇ ਨਾਲੋਂ ਚੰਗਾ ਤਾਂ ਮੈਨੂੰ ਨਹਿਰ ਵਿੱਚ ਹੀ ਸੁੱਟ ਦਿਓ, ਮੇਰੇ ਕੋਲੋਂ ਨਹੀਂ ਹੁਣ ਜੀਵਿਆ ਜਾਂਦਾ। ਅੱਛਾ ਤੁਸੀਂ ਹੁਣ ਕੀ ਕਰਨ ਲੱਗੇ ਹੋ? ਆਖੇ ਜੀ ਅਸੀਂ ਹੁਣ ਨਹਿਰ ਵਿੱਚ ਸੁੱਟਣ ਚੱਲੇ ਹਾਂ। ਵਾਹ ਵਾਹ, ਕਿਆ ਬਾਤ ਹੈ, ਜਿਸ ਪਿਓ ਨੇ ਤੁਹਾਨੂੰ ਚਾਰਾਂ ਨੂੰ ਪਾਲਿਆ, ਦਿਨ ਰਾਤ ਮਿਹਨਤ ਕਰਕੇ ਤੁਹਾਨੂੰ ਪਾਲਿਆ, ਪਲੋਸਿਆ, ਪੜ੍ਹਾਇਆ, ਤੁਹਾਡਾ ਵਿਆਹ ਕੀਤਾ, ਤੁਹਾਨੂੰ ਘਰ ਬਣਾ ਕੇ ਦਿੱਤੇ, ਤੁਹਾਡੀਆਂ ਹਰ ਲੋੜਾਂ ਪੂਰੀਆਂ ਕੀਤੀਆਂ, ਅੱਜ ਉਹਨੂੰ ਤੁਹਾਡੀ ਲੋੜ ਹੈ ਅਤੇ ਚੁੱਕ ਕੇ ਨਹਿਰ 'ਚ ਸੁੱਟਣ ਚੱਲੇ ਨੇ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇਹ ਸਮਾਜ ਦੀ ਹਾਲਤ ਬਣੀ ਹੋਈ ਹੈ, ਜਿਵੇਂ ਅੱਜ ਵੀ ਸਮਾਜ ਵਿੱਚ ਚੱਲ ਰਹੇ, ਜਿਉਂਦਿਆਂ ਮਾਪਿਆਂ ਦੀ ਸੇਵਾ ਨਹੀਂ ਕਰਨੀ, ਇਹ ਦਿਨ ਚੱਲ ਰਹੇ ਨੇ, ਜਿਹੜੇ ਕਰਦੇ ਨੇ ਉਹ ਭਾਗਾਂ ਵਾਲੇ, ਉਹ ਸਤਿਕਾਰਯੋਗ ਨੇ, ਸੀਸ ਝੁਕਦਾ ਉਹਨਾਂ ਦੇ ਅੱਗੇ, ਅਤੇ ਜਿਹੜੇ ਨਹੀਂ ਕਰਦੇ ਮਗਰੋਂ ਲੰਗਰ ਲਾ ਕੇ ਬੈਠੇ ਨੇ, ਮਗਰੋਂ ਪੂੜੀਆਂ ਚਲਾ ਰਹੇ ਨੇ, ਸ਼ਰਾਧਾਂ ਦੇ ਨਾਮ ਦੇ ਉੱਤੇ ਵੀ ਆ ਕੇ ਕਿਧਰੇ ਸ਼ੱਕ ਜਾਣ, ਮਹਾਰਾਜ ਆਖਦੇ ਨੇ ਪਖੰਡ ਕਰਦੇ ਨੇ, ਹੋਰ ਕੀ ਕਰਦੇ, ਜਿਉਂਦਿਆਂ ਨੂੰ ਕੰਬਲ ਨਹੀਂ ਪੁੱਛਿਆ, ਜਿਉਂਦਿਆਂ ਨੂੰ ਰਜਾਈਆਂ ਨਹੀਂ ਪੁੱਛੀਆਂ, ਤੁਸੀਂ ਕਦੇ ਫੇਸਬੁੱਕ 'ਤੇ ਜਾ ਕੇ ਵੇਖ ਲਓ, ਯੂਟਿਊਬ 'ਤੇ ਜਾ ਕੇ ਵੇਖ ਲਓ, ਕਿਵੇਂ ਬਜ਼ੁਰਗ ਸੁੱਖ ਸੁੱਕ ਕੇ ਤੀਲਾ ਹੋ ਗਏ, ਉਹਨਾਂ ਨੂੰ ਉੱਥੇ ਰੱਖੇ ਜਿੱਥੇ ਪਸ਼ੂ ਰਹਿੰਦੇ ਨੇ, ਜਿੱਥੇ ਪਸ਼ੂ ਬੰਨੇ ਜਾਂਦੇ ਨੇ, ਆਪ ਵਧੀਆ ਘਰਾਂ 'ਚ ਬੈਠੇ ਨੇ, ਏਸੀ ਚੱਲ ਰਿਹਾ ਉੱਥੇ, ਕੂਲਰ ਚੱਲ ਰਿਹਾ, ਕਿਸੇ ਚੀਜ਼ ਦੀ ਘਾਟ ਕੋਈ ਨਹੀਂ, ਉਹਨੂੰ ਦੋ ਦੋ ਦਿਨ ਤੋਂ ਪਾਣੀ ਨਹੀਂ ਮਿਲਿਆ ਹੋਇਆ, ਐਸੀ ਹਾਲਤ ਬਣਾਈ ਹੈ ਅਤੇ ਮਰਨ ਤੋਂ ਬਾਅਦ ਸ਼ਰਾਧ ਕਰਾ ਰਿਹਾ ਐਸਾ ਮਨੁੱਖ, ਅਤੇ ਆਖੇ ਮੈਂ ਗੁਰੂ ਨਾਨਕ ਜੀ ਦਾ ਸਿੱਖ ਹਾਂ ਅਤੇ ਪਖੰਡ ਕਰਦਾ, ਕੀ ਆਖੀ ਹੈ ਐਸੇ ਸਿੱਖ, ਪਖੰਡ ਹੀ ਕਰ, ਉਹਨੂੰ ਪਖੰਡੀ ਹੀ ਕਿਹਾ ਜਾ ਸਕਦਾ, ਹੋਰ ਕੀ ਆਖ ਸਕਦੇ। ਤਾਂ ਗੁਰੂ ਨਾਨਕ ਜੀ ਨੇ ਹਰਿਦੁਆਰ ਜਦੋਂ ਗਏ, ਉੱਥੇ ਜਦੋਂ ਪਾਣੀ ਦਿੰਦਿਆਂ ਲੋਕਾਂ ਨੂੰ ਵੇਖਿਆ, ਪਤਾ ਸੀ ਸਿੱਧੇ ਮੂੰਹ ਗੱਲ ਕਰਾਂਗਾ ਅਤੇ ਸਾਰੇ ਦੁਆਲੇ ਹੋ ਜਾਣਗੇ, ਕੀ ਕਰੀਏ ਫਿਰ, ਗੁਰੂ ਨਾਨਕ ਜੀ ਜਾ ਕੇ ਪਾਣੀ 'ਚ ਖਲੋਤੇ, ਦੂਜੇ ਬੰਨੇ ਮੂੰਹ ਕਰਕੇ ਪਾਣੀ ਦੇਣਾ ਸ਼ੁਰੂ ਕੀਤਾ, ਜਿਹੜਾ ਸਵਾਲ ਗੁਰੂ ਨਾਨਕ ਜੀ ਨੇ ਉਹਨਾਂ ਨੂੰ ਕਰਨਾ ਸੀ ਨਾ, ਉਹਨਾਂ ਨੇ ਗੁਰੂ ਨਾਨਕ ਜੀ ਨੂੰ ਕਰ ਦਿੱਤਾ। ਗੁਰੂ ਨਾਨਕ ਜੀ ਨੂੰ ਆਖਦੇ ਨੇ ਕੀ ਪਏ ਕਰਦੇ, ਗੁਰੂ ਨਾਨਕ ਜੀ ਨੇ ਮਰਦਾਨੇ ਨੂੰ ਆਖਿਆ, ਲੈ ਭਾਈ ਮਰਦਾਨੇ ਬਣ ਗਈ ਗੱਲ, ਕਹਿੰਦੇ ਕੀ, ਕਹਿੰਦੇ ਜਿਹੜੀ ਗੱਲ ਆਪਾਂ ਪੁੱਛਣੀ ਸੀ ਉਹਨਾਂ ਨੇ ਸਾਨੂੰ ਪੁੱਛ ਲਈ, ਕਹਿੰਦੇ ਹੁਣ ਬਣੇਗੀ ਗੱਲ, ਕੀ ਪਏ ਕਰਦੇ ਹੋ? ਮਹਾਰਾਜ ਆਖਦੇ ਨੇ ਤੁਸੀਂ ਕੀ ਕਰਦੇ ਹੋ? ਕਹਿੰਦੇ ਅਸੀਂ ਤਾਂ ਪਾਣੀ ਦੇ ਰਹੇ, ਮਹਾਰਾਜ ਆਖਦੇ ਅਸੀਂ ਵੀ ਪਾਣੀ ਦੇ ਰਹੇ, ਤੁਸੀਂ ਕਿੱਧਰ ਦੇ ਰਹੇ ਹੋ? ਮਹਾਰਾਜ ਆਖਦੇ ਤੁਸੀਂ ਕਿੱਧਰ ਦੇ ਰਹੇ? ਅਸੀਂ ਸੂਰਜ ਨੂੰ ਦੇ ਰਹੇ, ਅਸੀਂ ਖੇਤਾਂ ਨੂੰ ਦੇ ਰਹੇ। ਹਾਂਜੀ, ਅਸੀਂ ਖੇਤਾਂ ਨੂੰ ਦੇ ਰਹੇ, ਖੇਤ ਕਿੱਥੇ ਨੇ? 300 ਮੀਲ,
ਮਹਾਰਾਜ ਆਖਦੇ ਨੇ ਸੂਰਜ ਕਹਿੰਦੇ ਕਰੋੜਾਂ ਮੀਲ, ਤੇ ਕਹਿੰਦੇ ਖੇਤਾਂ ਨੂੰ ਤੁਹਾਡਾ ਪਾਣੀ ਜਾਂਦਾ, ਮਹਾਰਾਜ ਆਖਦੇ ਤੁਹਾਡਾ ਜਾਂਦਾ ਸੂਰਜ ਨੂੰ, ਕਹਿੰਦੇ ਫਿਰ ਕਿੱਥੇ ਜਾਂਦਾ, ਕਹਿੰਦੇ ਪੈਰਾਂ 'ਚ ਡਿੱਗੀ ਜਾਂਦਾ। ਸਤਿਗੁਰੂ ਜੀ ਆਖਦੇ ਨੇ ਤੁਹਾਡਾ ਵੀ ਪੈਰਾਂ 'ਚ ਡਿੱਗੀ ਜਾਂਦਾ, ਕਮਲੇ ਹੋਏ ਫਿਰਦੇ, ਹਜ਼ਾਰਾਂ ਸਾਲਾਂ ਤੋਂ ਪਾਣੀ ਦਿੰਦੇ ਆ ਰਹੇ, ਤੁਹਾਨੂੰ ਇੰਨਾ ਨਹੀਂ ਪਤਾ ਲੱਗਾ ਵੀ ਪੈਰਾਂ 'ਚ ਡਿੱਗੀ ਜਾਂਦਾ। ਗੱਲ ਪੱਲੇ ਪੈ ਗਈ, ਜਿੰਨਿਆਂ ਦੇ ਖਾਨੇ ਪਈ ਉਹਨਾਂ ਨੇ ਆਖਿਆ ਬਾਬਾ ਫਿਰ ਪਾਣੀ ਦੇਣ ਦੀ ਲੋੜ ਨਹੀਂ। ਮਹਾਰਾਜ ਆਖਦੇ ਨੇ ਬਾਹਰ ਆ ਜਾਓ, ਸਮਝਾ ਦਿੰਦੇ ਹਾਂ। ਫਿਰ ਪੁੱਛਿਆ ਉਹਨਾਂ ਨੇ ਕਿ ਫਿਰ ਪਾਣੀ ਨਹੀਂ ਦੇਣਾ ਚਾਹੀਦਾ? ਮਹਾਰਾਜ ਕੁਝ ਸਮਾਂ ਰੁਕ ਕੇ ਆਖਦੇ ਨੇ ਦੇਣਾ ਚਾਹੀਦਾ। ਹੈਰਾਨ ਹੋ ਗਏ, ਪਾਣੀ ਦੇਣਾ ਚਾਹੀਦਾ, ਕਿੱਥੇ ਦੇਣਾ ਚਾਹੀਦਾ, ਕਦੋਂ ਦੇਣਾ ਚਾਹੀਦਾ? ਗੁਰੂ ਨਾਨਕ ਜੀ ਆਖਦੇ ਨੇ ਜਦੋਂ ਜਿਉਂਦੇ ਹੋਣ, ਆਖੋ ਸਤਨਾਮ ਸ਼੍ਰੀ ਵਾਹਿਗੁਰੂ, ਜਦੋਂ ਜਿਉਂਦੇ ਹੋਣ ਨਾ ਉਦੋਂ ਦੇਣਾ ਚਾਹੀਦਾ, ਉਦੋਂ ਪੁੱਛਿਆ ਜਾਏ, ਉਦੋਂ ਸੇਵਾ ਕੀਤੀ ਜਾਏ। ਗੁਰੂ ਅਰਜਨ ਪਾਤਸ਼ਾਹ ਜੀ ਨੇ ਇੱਦਾਂ ਫਿਰ ਕੋੜੀ ਘਰ ਤਿਆਰ ਕਰਵਾਇਆ। ਇਹ ਨਹੀਂ ਆਖਿਆ ਵੀ ਤੁਸੀਂ ਫਲਾਣਾ ਸ਼ਬਦ ਮੈਂ ਤੁਹਾਨੂੰ ਲਿਖ ਕੇ ਦੇ ਦੇਣਾ, ਤੁਸੀਂ ਇਹਨੂੰ 40 ਦਿਨ ਪੜ੍ਹ ਲਓ, ਕੋੜ ਦਾ ਰੋਗ ਦੂਰ ਹੋ ਜਾਏਗਾ। ਨਹੀਂ, ਕੋੜੀ ਘਰ ਤਿਆਰ ਕਰਵਾ ਦਿੱਤਾ ਵੀ ਇੱਥੇ ਕੋੜੀਆਂ ਨੂੰ ਰੱਖਿਆ ਜਾਏਗਾ, ਇੱਥੇ ਬੇਘਰਿਆਂ ਨੂੰ ਰੱਖਿਆ ਜਾਏਗਾ, ਉਹਨਾਂ ਦੀ ਹਿਫਾਜ਼ਤ ਕੀਤੀ ਜਾਏਗੀ। ਉਹਨਾਂ ਦੇ ਨਕਸ਼ੇ ਕਦਮਾਂ 'ਤੇ ਚੱਲਦਿਆਂ ਅੱਜ ਭਗਤ ਪੂਰਨ ਸਿੰਘ ਦਾ ਨਾਮ ਕੁੱਲ ਕਾਇਨਾਤ ਦੇ ਵਿੱਚ ਚਮਕ ਰਿਹਾ ਹੈ, ਧਰੂ ਤਾਰੇ ਦੇ ਵਾਂਗ। ਕਿਵੇਂ ਉਹਨਾਂ ਨੇ ਕੋੜੀਆਂ ਦੀ ਸੇਵਾ ਕੀਤੀ, ਮੋਢਿਆਂ 'ਤੇ ਚੁੱਕ ਚੁੱਕ ਕੇ ਉਹਨਾਂ ਨੂੰ ਪਾਲਿਆ, ਕਿਵੇਂ ਸਾਰੀ ਜ਼ਿੰਦਗੀ ਲੇਖੇ ਲਾ ਦਿੱਤੀ। ਧੰਨ ਹੈ ਗੁਰੂ ਨਾਨਕ ਦਾ ਸਿੱਖ, ਅਤੇ ਧੰਨ ਹੈ ਸਾਡੇ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜਿਨ੍ਹਾਂ ਨੇ ਕੁੱਲ ਕਾਇਨਾਤ ਨੂੰ ਜ਼ਿੰਦਗੀ ਜਿਉਣ ਦਾ ਚੱਜ ਸਿਖਾਇਆ। ਸਮੇਂ ਦੀ ਸਮਾਪਤੀ ਹੈ, ਸਾਰੀਆਂ ਹੀ